ਗਏ ਮਥੁਰਾ ਜਿਨ ਅੰਮ੍ਰਿਤ ਨਾਮ ਲਿਓ। ਯਹ ਪਦਿਤ ਤੇ ਮਤ ਚੂਕੈ ਰੇ ਮਨ, ਭੇਤ ਵਿਭੇਦ ਨਾ ਜਾਣ ਬਿਓ। ਪ੍ਰਤੱਛ ਹਿਰਦੈ ਗੁਰੂ ਅਰਜਨ ਕੇ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪ੍ਰਤੱਛ ਹਿਰਦੈ ਗੁਰੂ ਅਰਜਨ ਕੇ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾਂ, ਚੌਪਦੇ ਦੁਪਦੇ ਕਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲਿਆ ਜਾਏ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲਿਆ ਜਾਏ। ਰਹਾ ਸੇਵਤ ਸੇਵ ਸੇਵ ਸਾਧ ਸੇਵੋ, ਸਦਾ ਕਰੋ ਕਿਰਤਾਏ। ਅਭੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਰਸਨਾ ਅਗਹਿ ਅਗਹਿ ਗੁਣ ਰਾਤੀ, ਨੈਣ ਦਰਸ ਰੰਗ ਲਾਏ। ਹੋ ਕਿਰਪਾਲ ਦੀਨ ਦੁਖ ਭੰਜਨ, ਮੋਹ ਚਰਨ ਹਿਰਦੈ ਵਸਾਏ। ਸਭ ਹੂੰ ਤਲੈ ਤਲੈ ਸਭ ਉਪਰ, ਇਹ ਦ੍ਰਿਸ਼ਟ ਦ੍ਰਿਸ਼ਟਾਏ। ਅਭਿਮਾਨ ਖੋਏ 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 ਖੋਈ ਹਾਂ, ਮੋਹ ਕੋ ਸਤਿਗੁਰ ਮੰਤਰ ਦ੍ਰਿੜਾਏ। ਅਤੁਲ 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 ਨਹਿ ਤੁਲਿਐ, ਭਗਤ ਵਛਲ ਕਿਰਪਾਏ। ਜੋ ਜੋ ਸ਼ਰਨ ਪਰਿਓ ਗੁਰੂ ਨਾਨਕ, ਅਭੈ ਦਾਨ ਸੁਖ ਪਾਏ। ਅਤੁਲ 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 ਨਹਿ ਤੁਲਿਐ, ਭਗਤ ਵਛਲ ਕਿਰਪਾਏ। ਜੋ ਜੋ ਸ਼ਰਨ ਪਰਿਓ ਗੁਰੂ ਨਾਨਕ, ਅਭੈ ਦਾਨ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਤਨ ਤਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼, ਅਸੀਂ ਸਵੇਰ ਸਮੇਂ ਸਤਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਬਿਲਾਵਲ ਰਾਗ ਦੇ
ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ ਪਾਵਨ ਸ਼ਬਦਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ। ਇਹ ਚੌਪਦਿਆਂ ਦਾ ਬਚਨ ਆਪ ਨੇ ਸਰਵਣ ਕੀਤਾ ਹੈ। ਬੀਤੇ ਕੱਲ ਇਹਦੀ ਵਿਚਾਰ ਪ੍ਰਾਰੰਭ ਕੀਤੀ ਸੀ। ਬਾ ਵਿਸਥਾਰ ਬਹੁਤ ਸਾਰੀਆਂ ਮਿਸਾਲਾਂ ਦੇ ਨਾਲ ਜੋ ਸਾਡੀ ਮੌਜੂਦਾ ਸਥਿਤੀ, ਜੋ ਗੁਰਬਾਣੀ ਦਾ ਸੰਦੇਸ਼ ਹੈ, ਇਹਦੇ 'ਚ ਕਿੰਨਾ ਫਰਕ ਹੈ, ਇਹਦੇ ਬਾਰੇ ਬਾਤ ਹੋਈ। ਅੱਜ ਜ਼ਿਆਦਾ ਐਮਫੇਸਾਈਜ਼ ਗੁਰਬਾਣੀ ਵਿਚਾਰ 'ਤੇ ਕਰਾਂਗੇ। ਜੋ ਬਚਨ ਆ ਰਿਹਾ ਸੀਗਾ ਕਿ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਉਹ ਮਨ ਨੂੰ ਮੋਹ ਲੈਣ ਵਾਲੇ ਪੂਰੀ ਕਾਇਨਾਤ ਦੀ ਖੂਬਸੂਰਤੀ ਦੇ ਮਰਕਜ਼ ਮੇਨ ਸੋਰਸ ਜਿਹਨੂੰ ਕਿਹਾ ਜਾਏ, ਤੇਰੇ ਅੱਗੇ ਮੇਰੀ ਅਰਦਾਸ ਹੈ ਮੇਰੇ ਸਰਵਣਾਂ ਦੇ ਵਿੱਚ ਇਹੋ ਜਿਹੇ ਬਚਨ ਨਾ ਪਾਈ, ਇਹੋ ਜਿਹੇ ਬਚਨਾਂ ਤੋਂ ਬਚਣ ਦੀ ਮੈਨੂੰ ਜਾਚ ਦਈ, ਖਾਸ ਕਰਕੇ ਸਾਕਤ ਗੀਤ ਨਾਦ ਧੁਨ ਗਾਵਤ, ਉਹ ਸਾਕਤ ਮਤੀਏ ਅਲਫਾਜ਼ ਜਿਹੜੇ ਗੀਤਾਂ ਦੇ ਵਿੱਚ ਲਬਰੇਜ਼ ਹੋ ਕੇ ਨਾਦ ਧੁਨ ਬੜੇ ਸੰਗੀਤਬੱਧ ਢੰਗ ਦੇ ਨਾਲ ਮੇਰੇ ਕੰਨਾਂ ਦੇ ਜ਼ਰੀਏ ਮੇਰੇ ਜ਼ਹਿਨ ਵਿੱਚ ਜਾਣ। ਹੇ ਮੇਰੇ ਮਾਲਕ, ਮੈਨੂੰ ਇਸ ਅਲਾਮਤ ਤੋਂ ਬਚਾਈ। ਸੋ ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ, ਜਿਹੜੇ ਬੋਲ ਅਜਾਈ ਬੇਕਾਰ, ਜਿਹਨੂੰ ਅਸੀਂ ਕਹਿੰਦੇ ਹਾਂ ਐਨਰਜੀ ਵੇਸਟਿੰਗ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ। ਮਾਲਕ ਮੈਨੂੰ ਉਹਦੇ ਤੋਂ ਰੱਖ, ਮੈਨੂੰ ਉਹਦੇ ਤੋਂ ਬਚਾ। ਇਹਦੇ ਬਾਬਤ ਮਿਸਾਲੀ ਤੌਰ 'ਤੇ ਗੁਰਬਾਣੀ ਦੇ ਵਿੱਚੋਂ ਜੋ ਅਸੀਂ ਇਗਜ਼ਾਮਪਲ ਦੇ ਰੂਪ ਵਿੱਚ ਕੁਝ ਚੀਜ਼ਾਂ ਲੈ ਰਹੇ ਸੀਗੇ, ਸ਼ਬਦ ਸ਼ਾਇਦ ਆਪ ਦੇ ਜ਼ਹਿਨ ਵਿੱਚ ਹੋਏ, ਜਿਹੜਾ ਵਿਚਾਰਨਾ ਸੋਚਿਆ ਸੀਗਾ ਦੀ ਪ੍ਰਾਰੰਭਤਾ ਕਰਦੇ ਹਾਂ। ਇਗਜ਼ਾਮਪਲ ਦੇ ਤੌਰ 'ਤੇ ਮਹਾਰਾਜ ਜ਼ਿਕਰ ਕਰ ਰਹੇ ਸੀ, ਮਨਹੋਂ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੇ। ਜਦੋਂ ਬੰਦਾ ਮਨ ਕਰਕੇ ਹਨੇਰੇ ਦੇ ਖੂਹ 'ਚ ਡਿੱਗ ਜੇ, ਹੁਣ ਆਹ ਸਾਡਾ ਆਦਰਸ਼ ਆ, ਆਹ ਸਾਡਾ ਆਈਡੀਅਲ ਆ, ਇਹੋ ਜਿਹੇ ਬਚਨ ਜਿਨ੍ਹਾਂ ਦੇ ਗੁਰੂ ਹੋਣ ਅਤੇ ਉਹਨਾਂ ਦਾ ਸੱਭਿਆਚਾਰ ਕੈਸਾ ਹੋਣਾ ਚਾਹੀਦਾ ਹੈ। ਪਰ ਹਕੀਕਤ ਇਹ ਹੈ, ਮਨਹੋਂ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੇ। ਮਨ ਅੰਧੇ ਉਂਧ ਹੈ ਕਮਲ, ਦਿਸਨ ਖਰੇ ਕਰੂਪ, ਕਰੂਪ ਜਿਹਦੇ ਤੋਂ ਨਫ਼ਰਤ ਹੋ ਜਾਏ। ਹੁਣ ਆਪ ਅੰਦਾਜ਼ਾ ਲਾਓ, ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਅਸਲ ਸੁਰਤ ਦਾ ਨਹੀਂ ਪਤਾ ਹੁੰਦਾ ਤਾਂ ਬੰਦਾ ਉਨੀ ਦੇਰ ਤੱਕ ਆਈਡੀਆ ਨਹੀਂ ਲਾ ਸਕਦਾ ਕਿ ਐਕਚੁਅਲ ਲੈਵਲ 'ਤੇ ਇਹਦੀ ਤਸਵੀਰ ਕੀ ਹੈ। ਜਿਹੜੀ ਤਸਵੀਰ ਅਸੀਂ ਬਹੁਤ ਸਾਰੇ ਅੰਗਰੇਜ਼ੀ ਲਿਖਾਰੀਆਂ ਨੂੰ ਗਾਲਾਂ ਕੱਢਦੇ ਹਾਂ ਜਾਂ ਬੁਰਾ ਕਹਿੰਦੇ ਹਾਂ, ਮਤਲਬ ਇਸ ਰੂਪ ਦੇ 'ਚ ਲਿਟਰਲੀ ਤੌਰ 'ਤੇ, ਜਿਨ੍ਹਾਂ 'ਚ ਮੈਕਲਾਊਡ ਆਉਂਦਾ ਹੈਗਾ, ਮੈਕਲਾਊਡ ਦੇ ਸਕੂਲ ਨੂੰ ਫੋਲੋ ਕਰਨ ਵਾਲੇ ਬਾਅਦ ਵਿੱਚ, ਭਾਵੇਂ ਓਬਰਾਏ ਹੈ, ਮਾਨ ਹੈ, ਗਰੇਵਾਲ ਹੈ, ਮਡਾਨ ਹੈ, ਮਤਲਬ ਜਿਹੜੇ ਬੱਚੇ ਯੂਨੀਵਰਸਿਟੀ ਲੈਵਲ 'ਤੇ ਥੋੜ੍ਹਾ ਬਹੁਤਾ ਸਿੱਖੀ ਨੂੰ ਪੜ੍ਹਿਆ ਹੋਏ ਜਿਨ੍ਹਾਂ ਨੇ, ਉਹਨਾਂ ਨੂੰ ਸਾਰੇ ਨਾਂ ਫੈਮਿਲੀਅਰ ਹੋਣਗੇ। ਘਰ ਵਿੱਚ ਬੈਠ ਕੇ ਇੱਥੇ ਅਸੀਂ ਜਿੰਨਾ ਮਰਜ਼ੀ ਆਵਾਜ਼ਾਂ ਦਈਏ, ਸਾਡੀ ਸਿੱਖੀ ਬੜੀ ਸਰਬੁਲੰਦ ਹੈ, ਬੜੀ ਮਹਾਨ ਹੈ, ਬੜੀ ਉਸ ਰੂਪ ਵਿੱਚ, ਜਦੋਂ ਅਕੈਡੈਮਿਕ ਲੈਵਲ 'ਤੇ ਜਾਵਾਂਗੇ ਫਿਰ ਪਤਾ ਲੱਗੇਗਾ ਕਿ ਸਿੱਖੀ ਦੀ ਤਾਂ ਹੋਂਦ ਨੂੰ ਨਹੀਂ ਕੋਈ ਮੰਨਦਾ। ਦੈਟ ਇਜ਼ ਰਿਐਲਿਟੀ। ਮਤਲਬ ਸਾਨੂੰ ਇਸ ਚੀਜ਼ ਤੋਂ ਕਿੰਨੀ ਕੁ ਦੇਰ ਮੂੰਹ ਮੋੜਾਂਗੇ, ਜੋ ਕੁਝ ਮੈਕਲਾਊਡ ਨੇ ਪੇਸ਼ ਕੀਤਾ ਸਾਡੇ ਬਾਰੇ, ਇੱਥੇ ਜਗਤ ਜ਼ਾਹਰ ਹੈ ਸਾਰੇ ਦਾ ਸਾਰਾ ਉਸ ਰੂਪ ਦੇ ਵਿੱਚ। ਇੱਥੇ ਕੋਈ ਕਹਿ ਰਿਹਾ ਸੂਫੀਜ਼ਮ ਦੀ ਨੈਕਸਟ ਬ੍ਰਾਂਚ ਆ, ਕੋਈ ਕਹਿ ਰਿਹਾ ਨਹੀਂ 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 ਹਿੰਦੂ ਸਕੂਲ ਆਫ ਥਾਟ ਦੀ ਇੱਕ ਬ੍ਰਾਂਚ ਹੈ, ਇਸ ਰੂਪ ਵਿੱਚ ਬਾਤਾਂ ਹੋ ਰਹੀਆਂ ਸਾਰੀ। ਸੋ ਇਸ ਤਰੀਕੇ ਦੀ ਸਾਰੀ ਬਾਤ ਕਿਉਂ ਆ ਰਹੀ ਹੈ? ਇਸ ਕਰਕੇ ਆ ਰਹੀ ਹੈ ਕਿਉਂਕਿ ਅਸੀਂ ਕਹਿੰਦੇ ਨਹੀਂ 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 ਇਹ ਤਾਂ ਕਰੂਪ, ਇਹ ਤਾਂ ਸਾਡੇ ਰੂਪ ਨੂੰ ਸਹੀ ਤਰ੍ਹਾਂ ਬਿਆਨ ਨਹੀਂ ਕਰ ਰਹੇ। ਭਾਈ ਕਿਵੇਂ ਬਿਆਨ ਕਰੇਗਾ? ਜਦੋਂ ਸਮਾਜਿਕ ਦਿੱਖ ਸਾਡੀ, ਜਦੋਂ ਸਮਾਜਿਕ ਵਰਤਾਓ ਸਾਡਾ
ਇਹ ਸਾਰੇ ਦਾ ਸਾਰਾ ਹੀ ਉਸ ਸਿੱਖੀ ਸਕੂਲ ਆਫ ਥੋਟ ਦੇ ਨਾਲ ਮੈਚ ਨਹੀਂ ਕਰੇਗਾ ਅਤੇ ਉਸ ਲੈਵਲ 'ਤੇ ਸਾਨੂੰ ਤਾਂ ਤਕਲੀਫ ਹੋਏਗੀ ਵੀ ਹਾਂ ਹਾਂ ਇਹ ਤਸਵੀਰ ਸਹੀ ਨਹੀਂ, ਬਈ ਜਿਹੜੀ ਤਸਵੀਰ ਬਿਆਨ ਕਰ ਰਿਹਾ ਅਸੀਂ ਵੀ ਵੇਖ ਲਈਏ, ਅਸੀਂ ਵੇਖੀਏ ਜਦੋਂ ਤਦੋਂ ਪਤਾ ਲੱਗਦਾ ਕਿ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਊਂਧੇ ਕਮਲ ਦਿਸਨ ਖਰੇ ਕਰੂਪ, ਬਿਲਕੁਲ ਕਰੂਪ ਰੂਪ, ਇਹ ਰੂਪਤਾ ਹੈ। ਹੁਣ ਕਰੂਪ ਰੂਪ ਕਿਵੇਂ ਹੈ? ਕੋਈ ਕਿਸੇ ਕਿਸਮ ਦਾ ਸਾਡਾ ਫੰਕਸ਼ਨ ਹੈ, ਪਾਰਟੀ ਹੈ, ਐਨੀ ਕਾਇੰਡ ਆਫ ਈਵੈਂਟ, ਗੀਤ ਨਾਦ ਧੁਨ ਤੋਂ ਬਿਨਾਂ ਪੂਰੇ ਹੁੰਦੇ ਨੇ, ਅਤੇ ਗੀਤ ਨਾਦ ਧੁਨ ਜਿਹੜੀ ਹੈ ਇਹ ਸੁਣਨ ਦੀ ਮਨਾਹੀ ਨਹੀਂ, ਗਾਉਣ ਦੀ ਮਨਾਹੀ ਵੀ ਨਹੀਂ। ਜਿਹੜੇ ਗੁਰੂ ਸਾਹਿਬ ਦੇ ਨਾਲ ਸਜਿੰਦਾ ਹਰ ਵਕਤ ਨਾਲ ਰਹਿੰਦਾ ਹੋਏ, ਉਸ ਗੁਰੂ ਸਾਹਿਬ ਨੇ ਸਾਜਾਂ ਦੀ ਵਿਰੋਧਤਾ ਕੀਤੀ? ਨਾ ਭਾਈ, ਸਾਜਾਂ ਨੂੰ ਤੁਹਾਨੂੰ ਬੜਾ ਸਤਿਕਾਰਿਆ, ਉਹਨੇ ਤਾਂ ਨਵੇਂ ਸਾਜ ਆਪ ਬਣਾਏ। ਇੱਕ ਗੁਰੂ ਅਰਜਨ ਸਾਹਿਬ ਨੇ ਜਿਹੜੀ ਇਨਵੈਂਸ਼ਨ ਕੀਤੀ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਨਵੈਂਸ਼ਨ ਕੀਤੀ, ਉਹਨਾਂ ਨੂੰ ਰਾਗ ਰਾਗਣੀਆਂ ਤੋਂ ਕੋਈ ਵਿਰੋਧਤਾ ਹੋਏਗੀ? ਬਿਲਕੁਲ ਨਹੀਂ। ਐਡਾ ਵੱਡਾ ਗੁਲਦਸਤਾ 31 ਮੁੱਖ ਰਾਗਾਂ ਦਾ, ਫਿਰ ਅਗਾਂ ਉਹਨਾਂ ਦੀਆਂ ਜਿਹੜੀਆਂ ਨੇ ਉਪਜਾਤੀਆਂ ਜਿਹਨਾਂ ਨੂੰ ਅਸੀਂ ਕਹੀ ਇੱਕ ਨੈਕਸਟ ਲੇਅਰਸ ਉਹਨਾਂ ਦੀਆਂ ਪਾ ਪਾ ਕੇ ਮਹਾਰਾਜ ਨੇ 63 ਰਾਗ ਰਾਗਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਪਾਈਆਂ, ਐਡਾ ਆਲਮੀ ਗੁਲਦਸਤਾ ਜਿਹਨਾਂ ਨੇ ਇਜ਼ਹਾਰ ਵਿੱਚ ਲਿਆਂਦਾ। ਫਿਰ ਬਾਤ ਕੀ ਹੈ? ਬਾਤ ਇਹ ਹੈ ਉਹ ਗੀਤ ਨਾਦ ਅਤੇ ਧੁਨਾ ਜਿਨ੍ਹਾਂ ਦੇ ਜ਼ਰੀਏ ਮਨੁੱਖਾ ਜੀਵਨ ਜਿਹੜਾ ਹੈਗਾ ਸਵਾਏ ਬਰਬਾਦੀ ਤੋਂ ਹੋਰ ਕਿਤੇ ਨਹੀਂ ਜਾ ਸਕਦਾ। ਅਤੇ ਸਾਹਿਬ ਮਹਾਰਾਜ ਨੇ ਜਿਹੜੀ ਅਪਰੋਚ ਅਡੋਪਟ ਕੀਤੀ ਹੈ ਉਹਨੂੰ ਕਦੇ ਅਸੀਂ ਵੀ ਦੇਖ ਲਈਏ ਧਿਆਨ ਨਾਲ। ਆਪ ਅਜੇ ਹੁਣੇ ਜਮਾਤੀ ਨਿਤਨੇਮ ਦੇ ਵਿੱਚ ਆਸਾ ਕੀ ਵਾਰ ਸੁਣ ਰਹੇ ਸੀਗੇ। ਹੁਣ ਆਸਾ ਕੀ ਵਾਰ ਜਦੋਂ ਪੜ੍ਹੀ ਜਾਂਦੀ ਹੈ, ਗਾਈ ਜਾਂਦੀ ਹੈ, ਜੋ ਸਾਡੇ ਰਾਗੀ ਸਾਹਿਬਾਨ ਉਹਦੀ ਸ਼ੁਰੂਆਤ ਕਰਦੇ ਨੇ, ਅਤੇ ਉਹਦੀ ਸ਼ੁਰੂਆਤ ਦੇ ਵਿੱਚ ਮਾਜ਼ਰਤ ਚਾਹਾਂਗਾ ਜੀ, ਜਿਹੜੀ ਉਹਦੀ ਸ਼ੁਰੂਆਤ ਹੁੰਦੀ ਹੈ, ਸ਼ੁਰੂਆਤ ਦੇ ਵਿੱਚ ਤੁਸੀਂ ਦੇਖਦੇ ਹੋ ਸਿਰਨਾਵਾਂ ਪੜ੍ਹਦੇ ਨੇ, ਟੂੰਡੇ ਅਸਰਾਜੇ ਕੀ ਧੁਨ ਗਾਵਣੀ। ਹੁਣ ਟੂੰਡਾ ਅਸਰਾਜ ਉਹਦੀ ਧੁਨੀ ਬੜੇ ਪੁਰਾਣੇ ਸਮੇਂ ਤੋਂ ਪੰਜਾਬ ਦੀ ਫਿਜ਼ਾ ਵਿੱਚ ਇਹ ਵਾਰ ਗਾਈ ਜਾਂਦੀ ਸੀਗੀ। ਜਾਂ ਤੁਸੀਂ ਹੋਰ ਧੁਨਾਂ ਦੇ ਸਿਰਲੇਖ ਕਦੀ ਪੜ੍ਹੇ ਹੋਣ ਗੁਰੂ ਗ੍ਰੰਥ ਸਾਹਿਬ 'ਚ, ਲੱਲਾ ਬਹਿਲੀਮਾ ਕੀ ਧੁਨ ਗਾਵਣੀ, ਮੂਸੇ ਕੀ ਧੁਨ ਗਾਵਣੀ। ਹੁਣ ਆਹ ਜਿਹੜੇ ਨੇ ਉਹ ਭਾਵੇਂ ਮੂਸੇ ਦੀ ਧੁਨ ਆ, ਲੱਲਾ ਬਹਿਲੀਮਾ ਕੀ ਹੈ, ਚੰਦਰਹੜਾਂ ਸੋਹੀਆਂ ਕੀ ਧੁਨ ਗਾਵਣੀ, ਇਹ ਪੂਰੇ ਦੇ ਪੂਰੇ ਪੁਰਾਣੇ ਫੋਕ ਦੇ ਰੰਗ ਨੇ। ਬਾਬਾ ਜੀ ਨੇ ਦੇਖਿਆ ਇਹ ਲੋਕ ਵਾਰਾਂ ਬੜੀਆਂ ਸੁਣਦੇ ਨੇ, ਕਿਉਂਕਿ ਮੈਂ ਜਿਵੇਂ ਕੱਲ੍ਹ ਬੇਨਤੀ ਕੀਤੀ ਸੀ, ਜਦੋਂ ਸਰੰਗੀ ਦੇ ਉੱਤੇ ਗਜ ਫਿਰਦਾ ਹੈਗਾ, ਅਸਲ 'ਚ ਗਜ ਥੋੜ੍ਹਾ ਫਿਰਦਾ ਸਰੰਗੀ ਦੇ ਉੱਤੇ, ਪੰਜਾਬੀ ਦੀ ਸ਼ਾਹ ਰੱਗ ਦੇ ਉੱਤੇ ਇੱਕ ਤਰ੍ਹਾਂ ਨਾਲ ਸ਼ਮਸ਼ੀਰ ਫਿਰ ਜਾਂਦੀ ਹੈ, ਮਤਲਬ ਜਾਨ ਨਿਕਲਦੀ ਉਹਦੀ, ਇਸ ਸਰੰਗੀ ਦੇ ਪੋਟੇ ਲੱਗਦੇ ਨੇ, ਆਖਿਰਕਾਰ ਸਿਰ ਹਿੱਲਦਾ ਵੀ ਓਹ ਇਸ ਤਰੀਕੇ ਨਾਲ, ਇਹ ਰੂਪ ਆ। ਜਾਂ ਅਲਗੋਜ਼ਿਆਂ ਦੀ ਤਾਬ ਦੇ ਉੱਤੇ, ਐਕਚੁਅਲੀ ਵਾਰ ਜਿਹੜੀ ਪਹਿਲਾਂ ਗਾਈ ਜਾਂਦੀ ਸੀ ਅਲਗੋਜ਼ੇ 'ਤੇ ਗਾਈ ਜਾਂਦੀ ਸੀ ਜ਼ਿਆਦਾਤਰ, ਜਦੋਂ ਦੋ ਬੰਸਰੀਆਂ ਇਕੱਠੀਆਂ ਵੱਜਦੀਆਂ ਉਸ ਰੂਪ ਦੇ 'ਚ, ਵਾਰ ਦਾ ਵਾਰ ਹੁੰਦੀ ਹਿੱਕ ਦੇ ਜ਼ੋਰ ਨਾਲ ਬੜੀ ਉੱਚੀ ਹੇਕ ਲਾ ਕੇ ਗਾਉਣੀ। ਐਕਚੁਅਲੀ ਹੇਕ ਜਿਹੜੀ ਹੈ ਹਿੱਕ ਤੋਂ ਹੀ ਨਿਕਲੀ, ਜਿਹਦੇ ਲੰਗਸ ਵਿੱਚ ਇੰਨੀ ਐਬਿਲਿਟੀ ਹੈ ਇੱਕ ਸਮੇਂ 'ਚ ਇੰਨੀ ਜਿਹੜੀ ਹਵਾ ਖਿੱਚ ਕੇ ਅੰਦਰ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਸਰਬੁਲੰਦ ਆਵਾਜ਼ ਦੇ ਨਾਲ ਜਿਹੜਾ ਹੈਗਾ ਉਹ ਅਸਮਾਨ ਗੁੰਜਾ ਦੇ ਇੱਕ ਵਾਰੀ, ਉਹਨੂੰ ਕਿਹਾ ਜਾਂਦਾ ਸੀਗਾ ਇਹ ਵਾਰ ਦੀ ਹੇਕ ਲਾਉਂਦਾ। ਸੋ ਇਹ ਕਲਚਰ ਸੀਗਾ ਸਾਡਾ, ਸੱਭਿਆਚਾਰ ਸੀ ਉਸ ਖਿੱਤੇ ਦਾ ਸਾਰੇ ਦਾ ਸਾਰਾ। ਪਰ ਬਾਬਾ ਜੀ ਨੇ ਦੇਖਿਆ ਕਿ ਨਿਰੇ ਟੁੰਡੇ ਅਸਰਾਜ ਦੀਆਂ ਜਿਹੜੀਆਂ ਵਾਰਾਂ ਗਾ ਕੇ ਇਹ ਲੋਕ ਕੀ ਸਪਿਰਿਚੁਅਲੀ ਆਪਣੀ ਬੈਟਰਮੈਂਟ ਪ੍ਰਾਪਤ ਕਰਨਗੇ? ਜੇ ਲੱਲੇ ਬਹਿਲੀਮੇ ਨੂੰ ਇਕੱਲੇ ਨੂੰ ਗਾਈ ਜਾਣਗੇ ਇਹ ਅਧਿਆਤਮੀ ਤਲ 'ਤੇ ਕਿੱਥੇ ਜਾਣਗੇ? ਇਹਨਾਂ ਦੇ ਜੀਵਨ ਦਾ ਵਿਕਾਸ ਨਹੀਂ ਹੋਏਗਾ। ਜੇ ਚੰਦਰਹੜਾਂ ਸੋਹੀਆਂ ਨੂੰ ਇਕੱਲਿਆਂ ਨੂੰ ਗਾਈ ਜਾਣਗੇ
ਅਤੇ ਇਹਨਾਂ ਦਾ ਜੀਵਨ ਤਾਂ ਨਾ ਬਦਲਿਆ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਤੁਹਾਨੂੰ ਅਲਗੋਜ਼ੇ ਦੀ ਇਹ ਧੁਨ ਚੰਗੀ ਲੱਗਦੀ ਹੈ, ਤੁਹਾਨੂੰ ਇਹ ਵਾਰ ਜਿਹੜੀ ਹੈ ਇਹ ਸੁਣਨੀ ਇਹਦੀ ਧੁਨ ਚੰਗੀ ਲੱਗਦੀ ਹੈ, ਭਾਈ ਠੀਕ ਹੈ ਧੁਨ ਹੀ ਗਾਲੋ, ਮੈਨੂੰ ਕੋਈ ਇਤਰਾਜ਼ ਨਹੀਂ, ਲਫਜ਼ ਮੇਰੇ ਤੋਂ ਲੈ ਲਓ, ਲਫਜ਼ ਮੈਂ ਦਿੰਦਾ ਤੁਹਾਨੂੰ। ਇਹਦੇ ਉੱਤੇ ਜਿਹੜੀ ਹੈ ਟੁੰਡੇ ਅਸਰਾਜ ਦੀ ਕਹਾਣੀ ਨਾ ਗਾਓ, ਇਹਦੇ ਉੱਤੇ ਗਾਓ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਆ ਗਾ ਇਹਦੇ 'ਤੇ। ਇਹਦੇ 'ਤੇ ਗਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਇਹ ਹੈ ਕਲਚਰ ਦੀ ਮੋਡੀਫਿਕੇਸ਼ਨ, ਇਹ ਹੈ ਉਹਦੀ ਟਰਾਂਸਫੋਰਮੇਸ਼ਨ ਜਿਹੜੀ ਗੁਰੂ ਸਾਹਿਬ ਨੇ ਆਪਣੇ ਜੀਵਨ ਪ੍ਰਸੰਗ ਅਤੇ ਜੀਵਨ ਬਿਰਤਾਂਤ ਆਪਣੇ ਉਸ ਰੂਪ ਵਿੱਚ ਉਹਦੀ ਨਰੇਸ਼ਨ ਪਾਉਂਦਿਆਂ ਹੋਇਆ ਸਾਰੀ ਦੀ ਸਾਰੀ ਕੀਤੀ ਸਾਡੇ ਵਾਸਤੇ। ਇਹ ਸਾਨੂੰ ਮਹਾਰਾਜ ਨੇ ਸੁਝਾਇਆ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਹਕੀਕਤ ਕਿਤੇ ਹੋਰ ਤੁਰੀ ਜਾ ਰਹੀ ਹੈ ਸਾਡੇ ਘਰਾਂ ਦੇ ਵਿੱਚ। ਅਤੇ ਫਿਰ ਇਹ ਵੀ ਹੈ ਪਿਛਲੇ ਦੌਰ ਦੇ ਵਿੱਚ ਇਹਦੇ ਬਾਰੇ ਤੁਸੀਂ ਖੁਦ ਪੜ੍ਹਨਾ ਹੋਏ ਨਾ, ਅਤੇ ਕਿਤਾਬ 'ਚ ਬੜੇ ਕਮਾਲ ਦਾ, ਮੈਂ ਨਹੀਂ ਸਮਝਦਾ ਕਿ ਬਹੁਤੀ ਸਾਡੀ ਰੁਚੀ ਪੜ੍ਹਨ ਵਾਸਤੇ ਰਹਿ ਗਈ ਹੈ, ਇਹ ਮਾਫ਼ੀ ਮੰਗਾਂਗਾ ਮੈਂ। ਸਾਡੇ ਘਰ ਧਰਮ ਦੀ ਬੜੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਆ ਗਈ ਹੈ। ਸੁਪਰਫਿਸ਼ੀਅਲ ਅੰਡਰਸਟੈਂਡਿੰਗ ਇਹ ਹੈ ਕਿ ਜਸਟ ਬੰਦਾ ਬੀਬਾ ਜਾਂ ਚਿਹਰਾ ਬਣਾ ਕੇ ਇਸ ਤਰੀਕੇ ਦੇ ਨਾਲ ਤੁਰਿਆ ਫਿਰੇ ਘਰ ਦੇ ਵਿੱਚ, ਸਮਾਜ ਦੇ ਵਿੱਚ ਬਹੁਤ ਧਰਮੀ ਬੰਦਾ ਹੈ, ਉਹਦੇ ਨਾਲ ਉਹਦਾ ਘਰ ਦਾ ਮੈਂਬਰ ਪੁੱਛੇ ਉਹਨੂੰ ਵੀ ਅੱਛਾ ਮੌਤ ਬਾਰੇ ਬਾਣੀ ਕੀ ਕਹਿੰਦੀ ਹੈ, ਇਜ਼ ਨੋਟ ਏਬਲ ਟੂ ਟੈਲ ਯੂ, ਰੱਬ ਦਾ ਵਜੂਦ ਕੀ ਹੈ ਸਾਡੇ ਵਾਸਤੇ, ਇਜ਼ ਨੋਟ ਏਬਲ ਟੂ ਡਿਸਕਸ ਦੈਟ ਕਾਇੰਡ ਆਫ ਇਸ਼ੂ। ਜੇ ਕੋਈ ਪੁੱਛੇ ਕਿ ਓਕੇ ਇਫ ਸਮ ਕਾਇੰਡ ਆਫ ਵੀਕਨੈਸਿਸ ਆਰ ਬੋਦਰਿੰਗ ਮੀ, ਹਾਓ ਕੈਨ ਆਈ ਕਾਊਂਟਰ ਦੈਮ, ਦੈਟ ਪਰਸਨ ਇਜ਼ ਨੋਟ ਏਬਲ ਟੂ ਐਕਚੁਲੀ ਸ਼ੋ ਯੂ ਐਨੀ ਪਾਥ, ਫਿਰ ਕਾਹਦਾ ਧਾਰਮਿਕ ਬੰਦਾ ਭਾਈ। ਇੱਥੇ ਤਾਂ ਗਿਆਨ ਦਾ ਰਾਹ ਸੀਗਾ, ਗਿਆਨ ਖੰਡੀ 'ਚੋਂ ਲੰਘਣਾ ਸੀਗਾ ਪੂਰੀ ਤਰ੍ਹਾਂ, ਇੱਥੇ ਤਾਂ ਹਨੇਰੀ ਚੱਲਣੀ ਸੀ, ਤੂੰ ਤਾਂ ਆਲੇ ਦੁਆਲੇ ਦਾ ਸੁਧਾਰ ਕਰਨਾ ਸੀਗਾ ਸਾਡੇ 'ਤੇ, ਸਾਡੇ 'ਤੇ ਜਿਹੜਾ ਘਰਾਂ ਦੇ 'ਚ ਇਸ ਕਿਸਮ ਦੇ ਨਾਲ। ਬਾਬਾ ਨੋਦ ਸਿੰਘ ਨੂੰ ਪੜ੍ਹੋ ਕਦੇ, ਭਾਈ ਵੀਰ ਸਿੰਘ ਦਾ ਲਿਖਿਆ ਨਾਵਲ, ਦੱਸੇਗਾ ਧਰਮੀ ਬੰਦਾ ਕੈਸਾ ਹੋਣਾ ਚਾਹੀਦਾ, ਧਰਮ ਦਾ ਕਿਰਦਾਰ ਕੀ ਹੁੰਦਾ। ਪਰ ਜਦੋਂ ਬੰਦਾ ਢੋਰਾ ਹੀ ਬਣ ਗਿਆ, ਉਹਨੇ ਇਸ ਲੈਵਲ 'ਤੇ ਬਾਤ ਹੀ ਨਹੀਂ ਸੁਣਨੀ, ਪੜ੍ਹਨੀ, ਸਮਝਣੀ, ਜੀਵਨ ਦਾ ਮਾਫ਼ੀ ਮੰਗਾਂਗਾ। ਕਿੰਨੀ ਇਨਵੈਸਟਮੈਂਟ ਕਰਦੇ ਹਾਂ ਸਿੱਖੀ ਪੜ੍ਹਨ ਵਾਸਤੇ, ਫਾਰ ਅ ਟਾਈਮ, ਮੈਂ ਆਮ ਟਾਕਿੰਗ ਅਬਾਊਟ ਦ ਟਾਈਮ ਸਾਈਡ, ਹਾਊ ਮੱਚ ਟਾਈਮ ਡੂ ਵੀ ਇਨਵੈਸਟ ਟੂ ਅੰਡਰਸਟੈਂਡ ਆਵਰ ਸਿੱਖੀ। ਕਿਤਾਬ 'ਚ ਹੈਗਾ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਲਿਖੀ ਹੈ ਸਰਦਾਰ ਅਜਮੇਰ ਸਿੰਘ ਨੇ। ਤੁਹਾਨੂੰ ਇਹੋ ਜਿਹੇ ਗੀਤ ਹੀ ਕਿਉਂ ਸੁਣਨ ਨੂੰ ਮਿਲ ਰਹੇ ਨੇ ਜਿਹਦੇ 'ਚ ਨਸ਼ੇ ਹੀ ਨਸ਼ੇ ਨੇ, ਜਿਹਦੇ 'ਚ ਵਾਸ਼ਨਾ ਹੀ ਵਾਸ਼ਨਾ ਪ੍ਰਮੋਟ ਹੋ ਰਹੀ ਹੈ, ਜਿਹਦੇ 'ਚ ਵਾਇਲੈਂਸ ਹੀ ਪ੍ਰਮੋਟ ਹੋ ਰਹੀ ਹੈ, ਕੁਝ ਹੋਰ ਨਹੀਂ ਗਾ। ਲਿਖਣ ਨੂੰ ਕੀ ਦਾਨਿਸ਼ਮੰਦਾਂ ਦੀਆਂ ਕਲਮਾਂ ਮੁੱਕ ਗਈਆਂ ਨੇ, ਜਾਂ ਉਹਨਾਂ ਨੂੰ ਲਫ਼ਜ਼ ਨਹੀਂ ਪਰੋਏ ਜਾ ਸਕਦੇ। ਮਾਫ਼ੀ ਮੰਗਾਂਗਾ, ਤੁਸੀਂ ਦੋ ਚਾਰ ਚੀਜ਼ਾਂ ਦੇਖੋ ਸਾਡੇ ਘਰ ਦੇ 'ਚ, ਪੈਸਾ ਨਹੀਂ ਕਿ ਮਤਲਬ ਟੈਲੈਂਟ ਅਤੇ ਕੁਦਰਤ ਹਰ ਰੂਪ 'ਚ ਬਖਸ਼ਦੀ ਹੈ ਨਾ, ਹੁਣ ਉਹ ਵੀ ਤਾਂ ਲੋਕ ਹੈ ਹੀ ਨੇ ਜਿਨ੍ਹਾਂ ਨੇ ਇਹੋ ਜਿਹੇ ਅਲਫਾਜ਼ ਪਰੋਏ। ਤੁਸੀਂ ਰੀਸੈਂਟਲੀ ਕੁਛ ਚੀਜ਼ਾਂ ਜਿਵੇਂ ਚਾਰ ਸਾਹਿਬਜ਼ਾਦੇ ਇਹੋ ਜਿਹੇ ਮੂਵੀਜ਼ ਵਗੈਰਾ ਦੇਖਿਓ ਜਿਹੜੇ ਗੀਤ ਲਿਖੇ ਨੇ, ਦਿਲ ਪੀੜ ਤੋਂ ਲੁਕਾ ਕੇ ਨੈਣੀ ਛੁਪਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ, ਬੰਦੇ ਦੇ ਦਿਲ ਦੀ ਹੂਕ ਨਿਕਲਦੀ ਵੀ ਆਹ ਕੀ ਹੋਣ ਲੱਗਾ ਇਸ ਰੂਪ ਦੇ 'ਚ। ਅਤੇ ਬੰਦਾ ਕੋਈ ਘੱਟ ਸਕਾਲਰ ਆ, ਉਹ ਸਾਡੇ ਉਸ ਖਿੱਤੇ ਦਾ ਬੜਾ ਮਤਲਬ ਵਡੇਰਾ ਬੁੱਢਾ ਪੋਲੀਟੀਸ਼ੀਅਨ, ਜਦੋਂ ਗੱਦੀ ਗਈ ਅਤੇ ਮਸਲਾ ਸਾਰਾ ਉਲਟ ਗਿਆ ਅਤੇ ਉਹ ਬੈਠਾ ਰੋ ਰਿਹਾ ਪੱਤਰਕਾਰਾਂ ਦੇ ਸਾਹਮਣੇ, ਸਾਰੇ ਜਿਹੜਾ ਹੈਗਾ ਰਿਪੋਰਟਰਸ ਦੇ ਸਾਹਮਣੇ ਰੋ ਰਿਹਾ, ਕਹਿੰਦਾ ਮੈਂ ਤਾਂ ਮਰ ਜਾਂਗਾ
ਜੇ ਪੰਜਾਬ ਦਾ ਪਾਣੀ ਚਲਾ ਗਿਆ ਮੈਂ ਤਾਂ ਜਾਨ ਦੇ ਦਿਆਂਗਾ ਆਪਣੀ ਜੀ, ਇਸ ਰੂਪ 'ਚ ਮੈਂ ਤਾਂ ਸਿੱਧੇ ਕੁਰਬਾਨੀ ਕਰਨ ਵਾਲਾ ਪਰਿਵਾਰ ਹੈ ਸਾਰਾ, ਮੈਂ ਤਾਂ ਪੰਜਾਬ ਲਈ ਮਰਦਾ ਜੀ, ਪੰਜਾਬ ਲਈ ਜਿਉਂਦਾ ਜੀ, ਇਸ ਕਿਸਮ ਰੋ ਰਿਹਾ ਬੈਠਾ, ਲਿਟਰਲੀ ਆਪਣੇ ਦੇਖਿਆ ਹੋਇਆ ਸ਼ਾਇਦ ਰੋਇਆ ਇਸ ਰੂਪ ਦੇ 'ਚ। ਅਤੇ ਉਹ ਦਾਨਿਸ਼ਮੰਦ ਨੇ ਨਜ਼ਮ ਲਿਖੀ, ਪਰ ਮੁਸ਼ਕਲ ਆ, ਕੋਈ ਉਹਨੂੰ ਨਾ ਪ੍ਰਮੋਟ ਕਰਦਾ ਨਾ ਕੁਝ ਉਸ ਬਾਤ ਕਰਦਾ ਹੈਗਾ। ਉਹ ਕਹਿੰਦਾ ਕਿ ਇਹ ਬੁੱਢਾ ਹੁਣ ਰੋ ਰਿਹਾ ਅਤੇ ਕਹਿ ਰਿਹਾ ਵੀ ਸਾਡੀ ਨੀਅਤ 'ਤੇ ਸ਼ੱਕ ਨਾ ਕਰੋ, ਅਸੀਂ ਤਾਂ ਪੰਜਾਬ ਵਾਸਤੇ ਜਿਉਂਦੇ ਹਾਂ, ਪੰਜਾਬ ਵਾਸਤੇ ਮਰ ਜਾਂਗੇ। ਉਹ ਕਹਿੰਦਾ ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ, ਇੱਕੋ ਘਰ 'ਚ ਸਾਰੀਆਂ ਕੁਰਸੀਆਂ ਲੱਗੀਆਂ, ਇੱਕੋ ਘਰ 'ਚ ਹੀ ਸਾਰੇ ਵਜ਼ੀਰ ਇੱਕੋ ਘਰ 'ਚ ਹੀ ਬਣ ਗਏ ਜੀ, ਕਿਆ ਇਸੇ ਘਰ ਬਾਹਰ ਕੋਈ ਲੋੜ ਹੀ ਨਹੀਂ ਹੈਗੀ, ਇੱਥੇ ਲਾ ਦਿਓ ਸਾਰੇ ਵਜ਼ੀਰਾਂ ਦੀਆਂ ਕੁਰਸੀਆਂ। ਉਹ ਕਹਿੰਦਾ ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ, ਫਿਰ ਪਿੰਡ ਦੇ ਪਿੰਡੇ 'ਤੇ ਕਿਉਂ ਮਾਸ ਦੀ ਬੋਟੀ ਨਹੀਂ, ਪਿੰਡ ਕਿਉਂ ਉੱਜੜ ਗਏ, ਉਹਨਾਂ ਦੇ ਪਿੰਡੇ 'ਤੇ ਮਾਸ ਦੀ ਬੋਟੀ ਕਿਉਂ ਨਹੀਂ ਦਿਸਦੀ, ਤੇਰੇ ਹੰਝੂ ਵੇਖੀਏ ਜਾਂ ਉੱਜੜੇ ਪਿੰਡ ਵੇਖੀਏ। ਹੁਣ ਆਹ ਰੂਪ ਵੀ ਤਾਂ ਦਾਨਿਸ਼ਮੰਦਾਂ ਦੇ ਲਫਜ਼ ਨੇ ਨਾ, ਹਰਫ ਹੀ ਨੇ, ਅਲਫਾਜ਼ ਹੀ ਨੇ, ਜਦੋਂ ਇਸ ਰੂਪ 'ਚ ਬਾਤ ਆਉਂਦੀ ਤਾਂ ਫਿਰ ਇਹ ਵੀ ਹੈ। ਦੇਖੋ ਮਤਲਬ ਮੈਂ ਫਿਰ ਬੇਨਤੀ ਕਰਾਂਗਾ, ਅਸੀਂ ਗੀਤ ਨਾਦ ਦੀ ਵਿਰੋਧਤਾ ਨਹੀਂ ਨਾ ਇਹਦੇ 'ਚ ਉਸ ਕਿਸਮ ਦੇ ਨਾਲ, ਗੱਲ ਇਹ ਹੈ ਕਿਸ ਚੀਜ਼ ਦੀ ਬਾਤ ਕਰਨੀ ਹੈ। ਧਨੀ ਰਾਮ ਚਾਤਰਿਕ, ਹਾਲਾਂਕਿ ਕੁਝ ਚੀਜ਼ਾਂ ਚੰਗੀਆਂ ਲਿਖੀਆਂ, ਕੁਝ ਠੀਕ ਵੀ ਨਹੀਂ ਲਿਖੀਆਂ, ਪਰ ਜਿਹੜੀਆਂ ਚੰਗੀਆਂ ਲਿਖੀਆਂ ਸੀ ਸਲਾਹਤਾ ਵੀ ਕਰਦੇ ਹਾਂ, ਹਾਲਾਂਕਿ ਸਾਡਾ ਸਿੱਖ ਨਹੀਂ ਗਾ, ਉਹ ਲਾਲਾ ਹੈ, ਦੂਸਰੀ ਬਰਾਦਰੀ 'ਚ ਆਉਂਦਾ, ਪਰ ਅਕਸਰ ਮੈਂ ਉਹਦੀ ਬਾਤ ਕਰਦਾ, ਉਹਦੀਆਂ ਨਜ਼ਮਾਂ ਪੜ੍ਹਦੇ ਹਾਂ ਅਸੀਂ ਉਸ ਰੂਪ ਦੇ ਵਿੱਚ, ਜਦੋਂ ਜ਼ਿਕਰ ਕਰਦਾ ਹੈਗਾ ਉਹ ਉਹਦੀ ਜਿਹੜੀ ਜਗਤ ਪ੍ਰਸਿੱਧ ਨਜ਼ਮ ਹੈਗਾ ਕਿ ਜਿਹੜਾ ਹੈਗਾ ਵਕਤ ਦੀ ਨਵੀਓ ਨਵੀਂ ਬਹਾਰ, ਉਹ 'ਚੋਂ ਜ਼ਿਕਰ ਕਰਦਾ ਕਿ ਹਕੀਕਤ ਇਹ ਹੈਗੀ ਹੈ ਕਿ ਜੀਬ ਕਲਮ 'ਤੇ ਨਾਕਾਬੰਦੀ, ਸਿਰ 'ਤੇ ਲਟਕੇ ਜ਼ਾਲਮ ਦੀ ਤਲਵਾਰ, ਵਕਤ ਦੀ ਨਵੀਓ ਨਵੀਂ ਬਹਾਰ। ਉਹ ਕਹਿੰਦਾ ਅਜੀਬ ਹਾਲਤ ਆ, ਕਿਸੇ ਨੂੰ ਜ਼ਬਾਨ ਵਿੱਚੋਂ ਲਫਜ਼ ਕਹਿਣ ਦੀ ਇਜਾਜ਼ਤ ਨਹੀਂ ਗੀ, ਸਰਾਂ ਦੇ ਉੱਤੇ ਜਿਹੜਾ ਹੈਗਾ ਸ਼ਮਸ਼ੀਰਾਂ ਲਟਕਾਈਆਂ ਨੇ, ਬਿਲਕੁਲ ਜਿਹਨੂੰ ਕਿਹਾ ਜਾਏ ਕਿ ਜਿਹੜੀ ਫਰੀਡਮ ਆਫ ਸਪੀਚ ਹੈ, ਇਹਦਾ ਵੀ ਹਕੂਕ ਨਹੀਂ ਗਾ, ਕਾਹਦੀ ਆਜ਼ਾਦੀ ਹੈ, ਕਾਹਦੀ ਫਰੀਡਮ ਹੈ। ਸੋ ਇਹੋ ਜਿਹੇ ਲੋਕ ਵੀ ਹੈ ਨੇ ਜਿਨ੍ਹਾਂ ਨੇ ਇਸ ਤਰੀਕੇ ਦੀਆਂ ਲਫਜ਼ਾਂ ਦੀਆਂ ਜਿਹੜੀਆਂ ਨੇ ਉਹ ਲੜੀਆਂ ਪਰੋਈਆਂ ਅਤੇ ਕੁਝ ਬਾਤਾਂ ਕਹੀਆਂ, ਪਰ ਵੱਡੇ ਲੈਵਲ 'ਤੇ ਜਦੋਂ ਅਸੀਂ ਦੇਖਦੇ ਹਾਂ ਸਭ ਕੂੜ, ਸਭ ਕੁਚੱਜ, ਸਭ ਜਿਹੜਾ ਹੈਗਾ ਉਸ ਕਿਸਮ ਦਾ ਸਾਰੇ ਦਾ ਸਾਰਾ, ਜਿਹਦੇ 'ਚ ਵਾਇਲੈਂਸ, ਨਸ਼ਾ, ਬਰਬਾਦੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਗਾ, ਇਹ ਇੱਕ ਪੂਰੀ ਦੀ ਪੂਰੀ ਇੱਕ ਸਾਜਿਸ਼ ਦੇ ਤਹਿਤ ਆ ਰਿਹਾ ਹੈਗਾ। ਕਿਤਾਬਚਾ ਫਿਰ ਮੈਂ ਜ਼ਿਕਰ ਕਰ ਦਿੰਦਾ ਕਿ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਤੁਸੀਂ ਪੜ੍ਹੋਗੇ ਬੜੇ ਬੜੇ ਬੀਬੇ ਲੋਕ ਜਿਨ੍ਹਾਂ ਨੂੰ ਤੁਸੀਂ ਲਿਖਾਰੀ ਮੰਨਦੇ ਹੋ, ਗੀਤਕਾਰ ਮੰਨਦੇ ਹੋ, ਉਹਨਾਂ ਪਰਤਾਂ ਉਘੇੜੀਆਂ, ਉਹ ਕਹਿੰਦਾ ਦੇਖੋ ਕਿੱਥੋਂ ਕੀ ਹੋ ਰਿਹਾ ਸਭ ਸਾਰੇ ਦਾ ਸਾਰਾ ਇਸ ਰੂਪ ਦੇ 'ਚ। ਪਰ ਇੱਕ ਬਾਤ ਹੈ ਜਾਗੇ ਘਰਾਂ ਦੀ, ਜਿਹੜੇ ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ, ਮਨ ਅੰਧੇ ਉਂਧੇ ਕਵਲ ਦਿਸਨ ਖਰੇ, ਕਰੂ ਪਰ ਸਾਰੇ ਨਹੀਂ, ਇੱਕ ਕਹਿ ਜਾਣਨ ਕਹਿਆ ਬੂਝਣ, ਤੇਨੜ ਸੁਗੜ ਸਰੂਪ, ਅਤੇ ਫਿਰ ਕਿਹਾ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਗੀ ਰਸ ਰਸ ਕਸ ਨਾ ਜਾਣੰਤ। ਬੱਚਿਆਂ ਨੂੰ ਮਾਪੇ ਚੰਗੇ ਕੱਪੜੇ ਪਿਲਾ ਕੇ ਦੇ ਦੇਣ, ਘਰਾਂ ਦੇ ਵਿੱਚ ਮਨ ਪਾਉਂਦਾ ਆਹਾਰ ਖੁਰਾਕ ਖਾਣ ਲਈ ਦੇ ਦੇਣ, ਚੰਗੇ ਵਿੱਦਿਅਕ ਅਦਾਰਿਆਂ 'ਚ ਪੜ੍ਹਨ ਲਈ ਭੇਜ ਦੇਣ, ਦੈਟਸ ਨੋਟ ਇਨਫ, ਨੋ। ਅਕੋਰਡਿੰਗ ਟੂ ਜੇ ਅਸੀਂ ਗੁਰਮਤ ਸਿਸਟਮ ਨੇ, ਗੁਰਮਤ ਅਤੇ ਉਸ ਨਿਜ਼ਾਮ ਦੇ ਵਿੱਚ ਜਾਂਦੇ ਹਾਂ, ਅਤੇ ਅੱਜ ਦੀ ਦੁਨੀਆ 'ਚ ਵੀ ਅਸੀਂ ਆ ਜਾਈਏ, ਬੱਚੇ ਨੇ ਕੀ ਸੁਣਨਾ ਹੈ ਅਤੇ ਕੀ ਨਹੀਂ ਸੁਣਨਾ, ਇਹਦੇ ਵਾਸਤੇ ਉਹਦੀ ਲਿਸਨਿੰਗ ਐਬਿਲਿਟੀ ਇਹ ਮਾਪਿਆਂ ਨੇ ਜਿਹੜੀ ਹੈ ਉਹਦੀ ਤਿਆਰ ਕਰਨੀ ਹੈ। ਬੱਚੇ ਨੇ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ,
ਇਹਦੇ ਬਾਰੇ ਉਹਦੇ ਮਨ ਨੂੰ ਅਤੇ ਉਹਦੇ ਤਨ ਨੂੰ ਤਿਆਰ ਕਰਨਾ ਇਹ ਮਾਪਿਆਂ ਦੀ ਡਿਊਟੀ ਹੈ। ਜਿੱਥੇ ਸਾਨੂੰ ਆਪ ਨੂੰ ਨਹੀਂ ਪਤਾ ਗੀ ਰਸ, ਗੀਤਾਂ ਦਾ ਰਸ ਕੀ ਹੁੰਦਾ ਹੈ, ਕਿਹੜੇ ਗੀਤ ਸੁਣਨੇ ਚਾਹੀਦੇ ਨੇ ਕਿਹੜੇ ਨਹੀਂ ਸੁਣਨੇ ਚਾਹੀਦੇ, ਬੱਚਿਆਂ ਨੂੰ ਕੀ ਅਸੀਂ ਸਿਖਾਵਾਂਗੇ। ਫਿਰ ਮੈਂ ਬੇਨਤੀ ਕਰਾਂਗਾ, ਅੱਖਾਂ ਬੰਦ ਕਰਕੇ ਮੁਸੀਬਤਾਂ ਨਹੀਂ ਭੱਜਦੀਆਂ ਕਦੀ ਵੀ। ਸਾਡੇ ਘਰ ਇੱਕ ਤਬਕਾ ਹੈ ਜਿਹੜਾ ਕਹਿੰਦਾ ਜੀ ਸਵੇਰ ਤੋਂ ਸ਼ਾਮ ਤੀਕਰ ਘਰ ਵਿੱਚ ਸਵਾਏ ਬਾਣੀ ਤੋਂ ਕੁਝ ਨਾ ਚਲਾਓ, ਬਸ ਫਿਰ ਕਲਿਆਣ ਹੋ ਜਾਏਗਾ। ਮਾਫ਼ੀ ਮੰਗਾਂਗਾ ਮੈਂ, ਘਰਾਂ 'ਚ ਬੱਚੇ ਸਾਰੇ ਬਾਗੀ ਹੋ ਗਏ, ਜਿਹੜੇ ਰਹਿ ਗਏ ਹਿਪੋਕ੍ਰੇਟ ਹੋ ਗਏ। ਕਿਤੇ ਕੋਈ ਹਰਿਓ ਬੂਟ ਰਿਹੋ ਰਹੀ ਕਿਤੇ ਹੈ ਕੋਈ ਇਸ ਕਿਸਮ ਦੇ ਨਾਲ, ਨਹੀਂ ਤਾਂ ਕਿੱਥੇ ਉਮਰ ਦੇ ਤਵਾਜਨ ਦੇ ਨਾਲ ਬੰਦੇ ਦੇ ਇੰਟਰਸਟ ਬਦਲਦੇ ਨੇ। ਮੈਂ ਆਪਣੀ ਬਾਤ ਕਰਦਾ, ਮੈਂ ਯੂਨੀਵਰਸਿਟੀ 'ਚ ਭੰਗੜਾ ਪਾਉਂਦਾ ਰਿਹਾ, ਆਵਾਜ਼ ਦੇਰ ਇਨਵੋਲਵ ਆਵਾਜ਼ ਐਕਚੁਲੀ ਸਟੇਜ ਸੈਕਟਰੀ ਇਨ ਯੂਨੀਵਰਸਿਟੀ, ਮੈਂ ਆਡੀਟੋਰੀਅਮ ਦੇ ਉੱਤੇ ਜਿਹੜਾ ਹੈਗਾ ਉੱਥੇ ਜਾ ਕੇ ਸਟੇਜ ਸੈਕਟਰੀ ਰਿਹਾ, ਬਟ ਜੀਵਨ ਦੇ ਉਹਨਾਂ ਰੰਗਾਂ 'ਚੋਂ ਨਿਕਲੇ, ਪਰ ਨਾਲ ਦੀ ਨਾਲ ਲਿਟਰੇਚਰ ਦੇ ਵਿਦਿਆਰਥੀ ਸੀਗੇ, ਲਿਟਰੇਚਰ ਵਾਲੇ ਪਾਸਿਓਂ ਹੌਲੀ ਹੌਲੀ ਕਰਦਿਆਂ ਗੁਰਬਾਣੀ ਵਾਲੇ ਪਾਸੇ ਆ, ਜੀਵਨ ਦੀ ਪੂਰੀ ਤਸਵੀਰ ਬਦਲ ਗਈ। ਪਤਾ ਲੱਗਾ ਇਸ ਤੋਂ ਵਧੀਆ ਚੀਜ਼ ਕੀ ਪੜ੍ਹਾਂਗੇ, ਬੈਸਟ ਆ ਇਹੋ ਜਿਹੇ ਜਿਹੜਾ ਹੈਗਾ ਵਕਤ ਦੇ ਮਹਾਨ ਗੁਰਮੁਖਾਂ ਦੀ ਸੰਗਤ ਮਿਲੀ ਜਿਨ੍ਹਾਂ ਕਿਹਾ ਕੁਝ ਕਰਨਾ ਹੀ ਜਿਹਨਾਂ ਆਪਣੇ ਜੀਵਨ ਦਾ ਯਾਪਨ ਕਰਨ ਵਾਸਤੇ, ਹਾਂ ਗੁਰਬਾਣੀ ਦਾ ਕਿਉਂ ਨਹੀਂ ਪ੍ਰਚਾਰ ਕਰਦੇ, ਇਸ ਤੋਂ ਵਧੀਆ ਕੀ ਚੀਜ਼ ਹੋਏਗੀ। ਟਰਾਈ ਟੂ ਸਪਰੈਡ ਗੁਰੂ ਨਾਨਕਸ ਮੈਸੇਜ ਆਲ ਓਵਰ ਦਾ ਵਰਲਡ, ਇਹਦੇ ਵਿੱਚੋਂ ਆਪਣੇ ਕੈਰੀਅਰਸ ਲੱਭੋ। ਸੋ ਇੱਕ ਪ੍ਰੇਰਨਾ ਆ, ਕਿਤੇ ਵੀ ਮਿਲ ਸਕਦੀ ਇਸ ਰੂਪ ਦੇ ਵਿੱਚ। ਪਰ ਬਾਕੀ ਇਹ ਬਾਤ ਕਹੀ ਜਾਏ ਕਿ ਜਿਹੜਾ ਹੈਗਾ ਇਹ ਸਭ ਤੋਂ ਅਸੀਂ ਭੱਜ ਕੇ ਭਾਂਜਵਾਦੀ ਹੋ ਕੇ ਇਹੋ ਜਿਹਾ ਨਹੀਂ ਹੋਏਗਾ। ਫਿਰ ਇਹੋ ਜਿਹੇ ਤਾਂ ਸਿੱਧ ਲੋਕ ਸੀਗੇ, ਜੋਗੀ ਲੋਕ ਸੀਗੇ, ਉਹ ਸਮਾਜ ਤੋਂ ਬਿਲਕੁਲ ਲਾਂਭੇ ਚਲੇ ਗਏ। ਗੁਰੂ ਸਾਹਿਬ ਨੇ ਫੋਕ ਦੇ ਕਿੰਨੇ ਰੰਗ ਲਿਖੇ, ਘੋੜੀਆਂ ਸਿਰਨਾਵਾਂ ਪਾਇਆ ਬਾਣੀ ਦਾ, ਅਲਾਣੀਆਂ ਸਿਰਨਾਵਾਂ ਪਾਇਆ ਬਾਣੀ ਦਾ, ਸੱਦ ਸਿਰਨਾਵਾਂ ਪਾਇਆ ਬਾਣੀ ਦਾ, ਸਾਰੇ ਫੋਕ ਨੇ, 12 ਦਿਨ ਰਹਿਣ ਗੀਤ ਜਿਹੜੇ ਲਿਖੇ ਨੇ ਸਾਰੇ। ਸਾਨੂੰ ਪ੍ਰੇਰਿਆ ਇਸ ਰੂਪ ਦੇ ਵਿੱਚ, ਅਸੀਂ ਸਮਾਜ ਸੋਸਾਇਟੀ 'ਚ ਇਸ ਕਿਸਮ ਦੇ ਹਾਲ ਹਾਲਾਤ ਬਣਾਈਏ ਜਿਹਦੇ ਸਦਕਾ ਲੋਕਾਂ ਦੇ ਜੀਵਨ ਵਿੱਚ ਗੁਰਮਤ ਮਲਟੀਪਲ ਲੈਵਲ 'ਤੇ ਜਿਹੜੀ ਆ ਕਈ ਰੰਗਾਂ ਵਿੱਚ ਉਸ ਰੂਪ ਵਿੱਚ ਰੰਗਦਾਰ ਹੋ ਸਕੇ। ਇਹਦੇ ਪ੍ਰਤੀ ਸਾਹਿਬ ਦਾ ਜਿਹੜਾ ਬਚਨ ਸੀਗਾ ਵੀ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲਸਰ, ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜੇ ਕੁਝ ਵੀ ਨਹੀਂ ਪੱਲੇ ਤਾਂ ਫਿਰ ਨਿਰਾ ਗੁਬਾਰ ਹੰਕਾਰ ਕਾਹਦਾ ਕਰਾਂਗੇ। ਸਾਹਿਬ ਕਹਿੰਦੇ ਫਿਰ ਇਹ ਖਰ ਬਿਰਤੀ ਹੈ। ਮੌਲਿਕ ਗਾ ਬਾਤ ਇਹ ਹੈ, ਉਹ ਨਾਦ ਧੁੰਨ ਗੀਤ ਜਿਹੜੇ ਜੀਵਨ ਨੂੰ ਬਰਬਾਦ ਕਰਦੇ ਨੇ ਨਹੀਂ ਸੁਣਨੇ, ਉਹਨਾਂ 'ਤੇ ਮਹਾਰਾਜ ਨੇ ਐਮਫਸਾਈਜ਼ ਕੀਤਾ ਹੈ। ਅਤੇ ਮੈਂ ਫਿਰ ਬੇਨਤੀ ਕਰਾਂਗਾ, ਚੀਜ਼ਾਂ ਦੀ ਰਿਪਲੇਸਮੈਂਟ ਹੁੰਦੀ ਹੈ, ਬੱਚੇ ਨੂੰ ਮਾੜੀ ਸੰਗਤ ਤੋਂ ਹਟਾਉਣਾ, ਚੰਗੇ ਪਾਸੇ ਲਾਓਗੇ। ਗੁਰਬਾਣੀ ਇੱਕਦਮ ਸਾਨੂੰ ਨਹੀਂ ਅਪੀਲ ਕਰਦੀ, ਵੱਡਿਆਂ ਨੂੰ ਜਿਹੜੇ ਅਜੇ ਬਚਪਨੇ 'ਚ ਗੁਜ਼ਰ ਰਹੇ ਨੇ ਉਹਨਾਂ ਨੂੰ ਬਾਣੀ ਕੀ ਅਪੀਲ ਕਰੇਗੀ। ਤੁਸੀਂ ਬੱਚੇ ਦਾ TV ਬੰਦ ਕਰਕੇ ਉਹਨੂੰ ਗੁਟਕਾ ਫੜਾਓ ਵੀ ਤੂੰ ਜਪਜੀ ਸਾਹਿਬ ਪੜ੍ਹ, ਕੀ ਸੋਚਦੇ ਪੜ੍ਹੇਗਾ ਉਹ? ਦਊਂਗੇ। ਯੂ ਹੈਵ ਟੂ ਚੂਜ਼ ਸਮ ਕਾਇੰਡ ਆਫ ਸਟ੍ਰੈਟਜੀ। ਗੁਰਬਾਣੀ ਦੀ ਸਮਝ ਤਾਂ ਸਾਨੂੰ ਨਹੀਂ ਹੈਗੀ, ਉਮਰਾਂ ਲੰਘ ਗਈ ਜਿਹਨਾਂ ਨੂੰ। ਸੋ ਇਸ ਕਰਕੇ ਉਹ ਅਪਰੋਚ ਅਡੋਪਟ ਕਰੀਏ ਜਿਹੜੀ ਪ੍ਰੈਕਟੀਕਲ ਆ, ਜਿਹੜੀ ਬਾਬਾ ਜੀ ਨੇ ਕੀਤੀ, ਜਿਹੜੀ ਬਾਬਾ ਜੀ ਨੇ ਸਾਨੂੰ ਦੱਸੀ ਉਸ ਰੂਪ ਦੇ ਵਿੱਚ। ਸੋ ਸਾਹਿਬ ਨੇ ਇਸ ਪੱਖੋਂ ਸਾਨੂੰ ਬੜੀ ਬੜੀ ਵੱਡੀ ਅਵੇਅਰਨੈਸ ਕੀਤੀ ਹੈ। ਅੱਗੇ ਬਚਨ ਹੈ, ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ, ਕਿਰਤਾਏ ਸੁਭਾਅ ਬਣਾ ਲੈਣਾ, ਜਿਹਨੂੰ ਅਸੀਂ ਕਿਰਤ ਕਰਮ ਕੇ ਵਿਛੜੇ, ਸੁਭਾਵਿਕ ਤੌਰ 'ਤੇ ਜਿਹੜੀ ਚੀਜ਼ ਆ ਜਾਂਦੀ। ਸੇਵਤ ਸੇਵ ਸੇਵ ਸਾਧ ਸੇਵੋ,
ਘਰਾਂ ਥਾਵਾਂ ਦੇ ਵਿੱਚ ਚੰਗੇ ਲੋਕਾਂ ਦਾ ਆਮਦ ਹੋਏ ਸਾਡੇ ਆਲੇ ਦੁਆਲੇ ਸਮਾਜ ਪਰਿਵਾਰਾਂ ਦੇ ਵਿੱਚ, ਇਹ ਬੜਾ ਜ਼ਰੂਰੀ ਹੁੰਦਾ ਹੈਗਾ। ਨਹੀਂ ਤਾਂ ਜਿਨ੍ਹਾਂ ਲੋਕਾਂ ਦੇ ਪ੍ਰਤੀ ਸਾਡੀ ਜਿਹੜੀ ਹੈ ਬਹੁਤ ਜ਼ਿਆਦਾ ਅਸੀਂ ਅਟਰੈਕਟਿਵ ਹੋ ਕੇ ਜਾਂਦੇ ਹਾਂ, ਅਟਰੈਕਸ਼ਨ ਹੁੰਦੀ ਹੈ, ਉਹਨਾਂ ਵਰਗੇ ਫਿਰ ਹੋਣ ਦੀ ਫਿਰ ਬੰਦੇ ਦੀ ਬਿਰਤੀ ਬਣਦੀ ਹੈ ਇਸ ਤਰੀਕੇ ਦੇ ਨਾਲ, ਜਿਹੜੇ ਸੋ ਕਾਲਡ ਗਵੱਈਏ ਅਤੇ ਸਭ ਜਿਹੜਾ ਹੈਗਾ ਜਿਹਨਾਂ ਨੂੰ ਅਦਾਕਾਰ ਕਿਹਾ ਜਾਂਦਾ, ਮਸਕਰੇ ਵਗੈਰਾ ਸਾਰੇ। ਹੁਣ ਇਹਨਾਂ ਦੀ ਕਸ਼ਿਸ਼ ਕਿੰਨੀ ਹੈ, ਲੋਕ ਪਾਗਲਾਂ ਦੀ ਤਰ੍ਹਾਂ ਪਿੱਛੇ ਭੱਜਦੇ ਉਹਨਾਂ ਦੇ ਕੋਲੋਂ, ਆਟੋਗ੍ਰਾਫ ਲੈਂਦੇ ਸਾਰਾ ਕੁਝ ਇਸ ਰੂਪ ਦੇ ਵਿੱਚ। ਅਤੇ ਇਹ ਸੋਸਾਇਟੀ ਦੇ ਜਦੋਂ ਇਹੋ ਜਿਹੀ ਚੀਜ਼ਾਂ ਸੈੱਟ ਹੋ ਜਾਣਗੀਆਂ ਤਾਂ ਫਿਰ ਹਰ ਇੱਕ ਇੰਡੀਵਿਜੂਅਲ ਨੂੰ ਲੱਗੇਗਾ ਵੀ ਐਵੇਂ ਦੀ ਬਣਨਾ ਚਾਹੀਦਾ ਹੈਗਾ। ਇੱਥੇ ਕੀ ਕਿਹਾ ਜਾ ਰਿਹਾ, ਸੇਵਤ ਸੇਵ ਸੇਵ ਸਾਧ ਸੇਵੋ। ਹੁਣ ਸਾਧ ਸੇਵੋ, ਸਾਧਕ ਬਣ ਜਾਣਾ, ਸਾਧ ਬਿਰਤੀ ਵਾਲੇ ਪਾਸੇ ਜਾਣਾ, ਇਹੋ ਜਿਹਾ ਦੀ ਸੰਗਤ ਵਿੱਚ ਸੋਭਤ ਵਿੱਚ ਰਹਿਣਾ। ਅਤੇ ਫਿਰ ਮੈਂ ਬੇਨਤੀ ਕਰਾਂਗਾ, ਸਾਧ ਕਿਸੇ ਲਿਬਾਸ ਦਾ ਨਾਂ ਨਹੀਂ ਹੈਗਾ, ਸਾਧ ਇੱਕ ਜੀਵਨ ਦਾ ਕੈਲੀਬਰ ਆ ਜਿਹੜਾ ਬੰਦਾ ਅਚੀਵ ਕਰਦਾ, ਪ੍ਰਾਪਤ ਕਰਦਾ ਹੈਗਾ। ਮੈਂ ਤਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਕੁਝ ਪ੍ਰੋਫੈਸਰ ਦੇ ਨਾਲ ਮੇਰੀ ਸਾਂਝ ਆ, ਅਤੇ ਮੈਂ ਦੇਖਿਆ ਵੀ ਇਹਨਾਂ ਤੋਂ ਸਿਆਣੇ ਚੰਗੇ ਬੰਦੇ ਕੌਣ ਹੋਣਗੇ। ਇੱਕ ਪ੍ਰੋਫੈਸਰ, ਉਹਨੂੰ ਧੂਏ ਨੋਸ਼ੀ ਦੀ ਆਦਤ ਆ, ਮਤਲਬ ਟਬੈਕੋ ਯੂਜ਼ ਕਰਦਾ ਹੈਗਾ, ਐਂਡ ਉਹ ਇਸ ਰੂਪ ਦੇ ਵਿੱਚ ਤੋ ਸਾਨੂੰ ਪੜ੍ਹਾ ਰਿਹਾ ਸੋਸ਼ੀਓਲੋਜੀ। ਅਤੇ ਉਹਦੇ ਦੌਰਾਨ ਉਹ ਪਹਿਲਾਂ ਹੀ ਕਹਿੰਦਾ ਕਿ ਸੋਰੀ, ਮੈਂ ਤੁਹਾਡੇ ਤੋਂ ਮਤਲਬ ਆਈ ਰੀਅਲੀ ਐਕਚੁਲੀ ਪਲੀਜ਼ ਐਕਸੈਪਟ ਮਾਈ ਅਪੋਲੋਜੀ ਬਿਕੋਜ਼ ਮੈਂ ਉਹ ਧੂੰਆਂ ਲੈ ਕੇ ਆਇਆ ਅਤੇ ਮੇਰੇ ਮੂੰਹ 'ਚੋਂ ਸਮੈਲ ਆ ਗਈ ਅਤੇ ਸ਼ਾਇਦ ਕਲਾਸਰੂਮ ਵਿੱਚ ਵੀ ਹੋਏ ਥੋੜ੍ਹੀ। ਹਰ ਇੱਕ ਲੈਕਚਰ ਤੋਂ 10 ਮਿੰਟ ਪਹਿਲਾਂ ਆਲਮੋਸਟ ਰੋਣ ਦੀ ਹਾਲਤ 'ਤੇ ਚਲਾ ਜਾਂਦਾ, ਦੱਸਦਾ ਜੇ ਤੁਹਾਡੇ 'ਚੋਂ ਕਿਸੇ ਨੇ ਇਸ ਆਦਤ ਨੂੰ ਅਡੋਪਟ ਨਹੀਂ ਕੀਤਾ, ਇਸ ਪਾਸੇ ਨਹੀਂ ਗਿਆ ਅਜੇ ਤੱਕ, ਮੈਂ ਉਹਨੂੰ ਸਲਿਊਟ ਕਰਦਾ। ਜੇ ਕਿਤੇ ਤੁਹਾਡੇ ਆਲੇ ਦੁਆਲੇ ਕੋਈ ਸ਼ਖਸ ਇਸ ਪਾਸੇ ਜਾਣ ਵਾਲਾ ਹੈਗਾ ਆ, ਉਹਨੂੰ ਰੋਕੋ, ਮੇਰੀ ਮਿਸਾਲ ਦੇਖੋ, ਦੇਖੋ ਨਾ ਤੁਸੀਂ, ਮਤਲਬ ਬੰਦਾ ਇਸ ਲੈਵਲ 'ਤੇ ਉਹ ਦੱਸ ਰਿਹਾ ਇਸ ਤਰੀਕੇ ਦੇ ਨਾਲ, ਸੱਚ ਬੋਲ ਰਿਹਾ। ਇਹੋ ਜਿਹੀ ਚੀਜ਼ਾਂ, ਇਹੋ ਜਿਹਾ ਬੰਦਾ ਹੁਣ ਬਿਨਾਂ ਸ਼ੱਕ ਆਪ ਕਿਸੇ ਮਾੜੀ ਆਦਤ ਵਿੱਚ ਵੀ ਟਰੈਪ ਹੋ ਗਿਆ ਹੈਗਾ, ਪਰ ਮੈਂ ਵੀ ਦੇਖਦਾ ਇਹੋ ਜਿਹਾ ਬੰਦਾ ਦੂਜਿਆਂ ਲਈ ਕਿੱਡਾ ਵੱਡਾ ਸੋਰਸ ਆ ਸਮਝਾਉਣ ਵਾਸਤੇ। ਸੋ ਇਹ ਚੀਜ਼ਾਂ ਨੇ ਜਿਹਦੀ ਇਹੋ ਜਿਹੀ ਬਿਰਤੀ ਹੈ, ਕਿਸੇ ਦਾ ਭਲਾ ਹੋਏ, ਕਿਸੇ ਦਾ ਸੁਧਾਰ ਹੋ ਸਕੇ, ਉਹਦੀ ਸੰਗਤ, ਉਹਦੇ ਆਲੇ ਦੁਆਲੇ, ਉਹਦੀ ਪ੍ਰੈਜੈਂਸ ਹੋਣੀ ਸਾਡੇ ਆਲੇ ਦੁਆਲੇ, ਇਹ ਚੰਗੀ ਹੈ ਸਾਡੇ ਵਾਸਤੇ। ਸੁਭਾਅ ਇਹੋ ਜਿਹਾ ਬਣਾ ਲੈਣਾ, ਆਪ ਸਾਧਕ ਬਣਨਾ ਹੈ, ਸਾਧੂਆਂ ਦਾ ਸੰਗ ਕਰਨਾ ਹੈ, ਉਹਨਾਂ ਦੇ ਨੇੜੇ ਰਹਿਣਾ ਹੈ ਜਿਹੜੇ ਜੀਵਨ ਦਾ ਸੁਧਾਰ ਕਰਨ ਵਿੱਚ ਮਦਦ ਕਰਨ, ਨਾ ਕਿ ਬਰਬਾਦ ਕਰਨ 'ਚ। ਉਹਦੀ ਬਾਤ ਕੀਤੀ ਸਾਹਿਬ ਨੇ, ਸੇਵਤ ਸੇਵ ਸੇਵ ਸਾਧ ਸੇਵੋ, ਸਦਾ ਕਰੋ ਕਿਰਤਾਏ, ਅਪੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਅਪੈ ਦਾਨ, ਡਰ ਵੀ ਮਨ ਦੇ ਵਿੱਚ ਇੱਕ ਲਗਾਤਾਰ ਬਣਿਆ ਹੋਇਆ, ਪਤਾ ਨਹੀਂ ਕੀ ਹੋਏਗਾ। ਇਸ ਡਰ ਕਰਕੇ ਫਿਰ ਬੰਦੇ ਜਿਹੜਾ ਹੈਗਾ ਕਈ ਵਾਰੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਘਰਾਂ ਥਾਵਾਂ ਪਰਿਵਾਰਾਂ ਦੇ ਵਿੱਚ, ਅਸੀਂ ਬੱਚਿਆਂ ਨੂੰ ਕਈ ਵਾਰੀ ਅਸੀਂ ਬੜਾ ਤੰਗ ਵੀ ਕਰਦੇ ਹਾਂ, ਡਰੇ ਹੋਏ ਮਾਪੇ ਬੜਾ ਤੰਗ ਕਰਦੇ, ਨਹੀਂ 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 ਇਹਨੂੰ ਫਲਾਣੀ ਥਾਂ ਨਹੀਂ ਜਾਣ ਦੇਣਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਭਾਈ ਜੀਵਨ ਜੀਣ ਦੀ ਸਿੱਖਿਆ ਸਿਖਾਓ, ਬਾਕੀ ਮਾਲਕ 'ਤੇ ਭਰੋਸਾ ਰੱਖੋ। ਮੇਰੇ ਹੈਗੇ ਕੁਝ ਵਿਦਿਆਰਥੀ, ਇੱਕ ਬੱਚਾ ਹੈਗਾ ਇੰਗਲੈਂਡ ਤੋਂ, ਅਜੇ ਵੀ ਆਉਂਦਾ ਮੇਰੇ ਕੋਲ ਸਾਲ ਵਿੱਚ ਇੱਕ ਅੱਧੀ ਵਾਰੀ, ਅਤੇ ਉਹ ਹੁੰਦਾ ਹੈ ਕਿ ਜਦੋਂ ਅਰਾਊਂਡ 19 ਕ੍ਰੋਸ ਕਰ ਰਿਹਾ ਸੀ, ਗ੍ਰੇਡ 12 ਪ੍ਰੋਪਰਲੀ ਜਦੋਂ ਡਨ ਕੀਤਾ ਉਹਨੇ, ਅਤੇ ਯੂਨੀਵਰਸਿਟੀ ਜਾਣਾ ਸੀਗਾ, ਅਤੇ ਉਸ ਤੋਂ ਪਹਿਲਾਂ ਯੂਰਪ ਦੇ ਟੂਰ 'ਤੇ ਚਲਾ ਗਿਆ, ਅਤੇ ਚਲਾ ਗਿਆ ਸਾਰੇ ਗੋਰੇ ਬੱਚਿਆਂ ਦੇ ਨਾਲ। ਉਹ ਜਦੋਂ ਇਹ ਬਾਤ ਹੋਈ ਅਤੇ
ਜਿਹੜੀ ਉਹਦੀ ਮੋਮ ਸੀਗੀ ਉਹ ਥੋੜ੍ਹੀ ਘਬਰਾਈ ਵੀ ਪਤਾ ਨਹੀਂ ਕੀ ਬਣੇਗਾ, ਵੀ ਬੱਚੇ ਕਿਹੋ ਕਿਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਸਾਰੇ ਉਸ ਰੂਪ ਦੇ ਵਿੱਚ। ਅਤੇ ਉਹ ਫਾਦਰ ਸਾਹਿਬ ਉਹਦੇ ਉਹ ਸਾਈਕੋਲੋਜਿਸਟ ਨੇ ਬੜੇ ਵੱਡੇ, ਅਤੇ ਉਹ ਕਹਿੰਦੇ ਕੋਈ ਲੋੜ ਨਹੀਂ ਘਬਰਾਉਣ ਦੀ, ਹੁਣ ਤਾਂ ਟੈਸਟ ਆ ਤੇਰਾ ਵੀ ਅਤੇ ਮੇਰਾ ਵੀ ਅਤੇ ਇਹਦਾ ਵੀ, ਲੈਟਸ ਸੀ ਕੀ ਹੁੰਦਾ। ਇਗਜ਼ਾਮ ਤੋਂ ਬਾਅਦ ਹੀ ਪਤਾ ਲੱਗਿਆ ਫੇਲ ਹੋ ਗਿਆ ਅਤੇ ਸਮਝੋ ਵੀ ਦੁਬਾਰਾ ਫਿਰ ਪੜ੍ਹਾਉਣਾ ਪਏਗਾ, ਅਤੇ ਜੇ ਪਾਸ ਹੋ ਗਿਆ ਤਾਂ ਸਮਝੋ ਮਿਹਨਤ ਸਫਲੀ ਹੋ ਗਈ, ਗ੍ਰੈਜੂਏਸ਼ਨ ਹੋ ਗਈ ਸਕੂਲ ਤੋਂ, ਹੁਣ ਇਦੋਂ ਬਾਅਦ ਕੀ ਹੋ ਸਕਣਾ। ਉਹ ਇਸ ਰੂਪ ਵਿੱਚ ਬਾਤ ਹੋਈ, ਉਹ ਬੱਚੇ ਪੱਬਾਂ ਵਿੱਚ ਵੀ ਗਏ, ਸਾਰੇ ਥਾਵਾਂ 'ਤੇ ਗਏ, ਅਤੇ ਆਲਮੋਸਟ ਹਰ ਥਾਂ 'ਤੇ ਉਹ ਨਾਲ ਰਿਹਾ। ਅਤੇ ਉਹ ਜਦੋਂ ਮੈਂ ਉਹਨੂੰ ਪੁੱਛਿਆ ਬਾਅਦ ਦੇ ਵਿੱਚ, ਮੈਂ ਕਿਹਾ ਵੀ ਹਾਊ ਵਾਜ਼ ਯੂਰ ਐਕਸਪੀਰੀਅੰਸ, ਕਹਿੰਦਾ ਐਕਸਪੀਰੀਅੰਸ ਕਾਹਦਾ ਸੀਗਾ, ਕਹਿੰਦਾ ਬੁਰਾ ਹਾਲ ਸੀਗਾ ਨਾ ਸਾਰਿਆਂ ਦਾ, ਕਹਿੰਦਾ ਜਿੱਥੇ ਕਿਤੇ ਮੈਂ ਹੀ ਬਚਾ ਕੇ ਲਿਆਇਆ ਇਹਨਾਂ ਨੂੰ, ਜੇ ਕਿਤੇ ਮੈਂ ਨਾਲ ਨਾ ਹੁੰਦਾ ਤਾਂ ਇਹ ਤਾਂ ਜ਼ਰੂਰ ਕਿਸੇ ਨਾ ਕਿਸੇ ਚਾਰਜ ਲੱਗਾ ਹੋਣਾ ਸੀਗਾ ਕੋਈ ਨਾ ਕੋਈ ਉਸ ਰੂਪ ਵਿੱਚ। ਕਹਿੰਦਾ ਦੇ ਆਰ ਰੀਅਲੀ ਥੈਂਕਫੁਲ ਫੋਰ ਮੀ ਫੋਰ ਲਾਈਫ ਟਾਈਮ, ਬਿਕੋਜ਼ ਮੈਂ ਫੋਟੋਆਂ ਖਿੱਚੀਆਂ, ਮੈਂ ਸਾਰਾ ਕੁਝ ਮੈਂ ਉਹਨਾਂ ਨੂੰ ਫਿਰ ਵਿਖਾਇਆ ਬਾਅਦ ਦੇ ਵਿੱਚ ਸਾਰੇ ਦਾ ਸਾਰਾ। ਮਤਲਬ ਉਹ ਬੱਚਾ ਇੰਜ ਕਹਿ ਲਓ ਕਿ ਕੋਲੇ ਦੀ ਖਾਣ ਵਿੱਚੋਂ ਵੀ ਹੀਰੇ ਦੀ ਤਰ੍ਹਾਂ ਨਿਕਲ ਕੇ ਆ ਰਿਹਾ ਹੈਗਾ। ਸਿੱਖਿਆ ਹੈ ਜੀ ਸਾਹਿਬ ਜਿਹੜਾ ਜ਼ਿਕਰ ਕਰਦੇ ਅਪਹਿਦਾਨ ਇੱਕ ਲੈਵਲ 'ਤੇ, ਅਤੇ ਬੱਚੇ ਨੂੰ ਵੀ ਕਿਹਾ ਜਾਏ ਕੁਛ ਨਹੀਂ ਹੁੰਦਾ। ਮੈਂ ਮਤਲਬ ਇਸ ਮਾਹੌਲ 'ਚ ਅਸੀਂ ਰਹਿ ਰਹੇ ਹਾਂ ਨਾ, ਪੀਅਰ ਪ੍ਰੈਸ਼ਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਐਸੀਆਂ। ਮੈਂ ਸ਼ੁਰੂ 'ਚ ਇੱਥੇ ਜੋਰਜ ਬਰਨ ਕਾਲਜ ਪੜ੍ਹਨ ਜਾਂਦਾ ਸੀਗਾ ਜਦੋਂ ਮੈਂ ਆਈ ਹਾਂ ਇੱਥੇ ਉਸ ਵਕਤ, ਅਤੇ ਡੂਪੌਂਟ ਸਟੇਸ਼ਨ ਹੈਗਾ ਸਬਵੇ ਦਾ, ਉੱਥੋਂ ਨਿਕਲ ਕੇ ਅਤੇ ਜਿਹੜਾ ਹੈਗਾ ਕੈਸੋਲੋਮਾ ਕੈਂਪਸ ਆ ਉਹਦੇ 'ਚ ਪੜ੍ਹਦਾ ਸੀਗਾ। ਅਤੇ ਉਹ ਮੈਂ ਜਾਣਾ ਜਦੋਂ ਜਿਹੜਾ ਸਾਈਡ ਵਾਕ, ਜਦੋਂ ਦੋਵਾਂ ਦੋ ਹੀ ਸਾਈਡ ਵਾਕ ਨੇ ਦੋਵਾਂ ਪਾਸੇ, ਅਤੇ ਆਪ ਹੁਣ ਤਾਂ ਪਤਾ ਨਹੀਂ ਕਿੰਨਾ ਕੁ ਹਾਲਾਤ ਬਦਲ ਗਏ ਹੋਣਗੇ, ਵੀ ਹੁਣ ਤਾਂ ਮੈਰੂਆਨਾ ਵੀ ਆ ਗਿਆ ਸਾਰਾ ਕੁਛ ਆ ਗਿਆ, ਪਰ ਮੈਂ ਲਿਟਰਲੀ ਬਿਆਨ ਕਰਦਾ ਹਾਂ ਕਾਲਜ ਲੱਗਣ ਦੇ ਟਾਈਮ ਦੇ ਵਿੱਚ ਦੋਵੇਂ ਸਾਈਡ ਵਾਕ ਫੁੱਲ ਹੁੰਦੇ ਸੀਗੇ ਅਤੇ ਉੱਪਰ ਸਵਾਏ ਧੂੰਏ ਤੋਂ ਕੁਝ ਨਹੀਂ ਸੀ ਹੁੰਦਾ, ਟੋਟਲ ਧੂੰਆਂ ਹੀ ਧੂੰਆਂ, ਨਥਿੰਗ ਐਲਸ, ਲਿਟਰਲੀ ਆਈ ਹੈਡ ਐਕਸਪੀਰੀਅੰਸ ਦੈਟ ਟਾਈਮ। ਅਤੇ ਮੈਂ ਆ ਕੇ ਘਰਦਿਆਂ ਨੂੰ ਇਹ ਬਾਤ ਕਹੀ, ਮੈਂ ਕਿਹਾ ਵੀ ਜੇ ਕੱਲ੍ਹ ਨੂੰ ਜੇ ਕਿਤੇ ਮੇਰਾ ਟੈਸਟ ਹੋਏ ਨਾ ਅਤੇ ਮੇਰਾ ਕਿਤੇ ਜਿਹੜਾ ਹੈਗਾ ਸਮੋਕ ਪੋਜ਼ਿਟਿਵ ਆ ਜਾਏ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਵੀ, ਕਿਉਂਕਿ ਮੈਂ ਕਿੰਨਾ ਕੁ ਡੱਕ ਲਾਂਗਾ ਆਪਣੇ ਮੂੰਹ ਨੂੰ ਰੁਮਾਲ ਰੱਖ ਕੇ ਦੂਜੇ ਰੂਪ ਦੇ ਵਿੱਚ। ਆਲਮੋਸਟ ਜਿਹੜੀ ਉਹ 5-7 ਮਿੰਟ ਦੀ ਵਾਕ ਹੁੰਦੀ ਹੈ ਜਿਹੜੀ ਦੋ ਵਾਰੀ ਮੈਂ ਕਰਦਾ ਹਾਂ, ਉਹ ਦੋਵੇਂ ਵਾਰੀ ਵਾਕ ਦੇ ਵਿੱਚ ਸਵਾਏ ਧੂੰਏ ਤੋਂ ਕੁਝ ਵੀ ਨਹੀਂ ਅੰਦਰ ਜਾਂਦਾ। ਹੁਣ ਆਪ ਅਹਿਸਾਸ ਕਰੋ ਇਹੋ ਜਿਹੇ ਮਾਹੌਲ ਦੇ ਵਿੱਚ ਬੱਚਿਆਂ ਦੀ ਕੀ ਹਾਲਤ ਬਣੇਗੀ। ਫਿਰ ਉਹਨੂੰ ਇੰਪਾਵਰਮੈਂਟ ਦੇਣੀ, ਅਤੇ ਸੀਗੇ ਬੱਚੇ ਬੱਚੀਆਂ ਇਹੋ ਜਿਹੇ ਸਾਡੇ ਵੀ ਹੋਰ ਕਮਿਊਨਿਟੀਜ਼ ਦੇ ਵਿੱਚੋਂ ਵੀ। ਇੱਕ ਉੱਥੇ ਕੁੜੀ ਸੀਗੀ ਇਰਾਨੀਅਨ ਸਾਡੀ ਕਲਾਸ ਦੇ ਵਿੱਚ, ਐਂਡ ਸ਼ੀ ਵਾਜ਼ ਸੋ ਓਨੈਸਟ। ਅਤੇ ਉਹ ਮੋਸਟਲੀ ਜਦੋਂ ਮਾੜੀ ਜਿਹੀ ਬ੍ਰੇਕ ਹੋਣੀ ਸਾਰਿਆਂ ਨੇ ਕਿਸੇ ਨੇ ਕੌਫੀ ਲਈ ਭੱਜਣਾ, ਅਤੇ ਇੱਕ ਵੱਡਾ ਹਿੱਸਾ ਸਮੋਕ ਲਈ ਭੱਜਦਾ ਸੀਗਾ ਉਸ ਰੂਪ ਦੇ 'ਚ। ਅਤੇ ਉਹ ਜ਼ਿਆਦਾਤਰ ਕਲਾਸ ਵਿੱਚ ਮੈਂ ਅਤੇ ਦੋਨੋਂ ਰਹਿ ਜਾਂਦੇ ਸੀ ਇਕੱਠੇ ਬੈਠੇ ਹੋਏ, ਅਤੇ ਉਹ ਮੇਰੇ ਵੱਲ ਦੇਖਦੇ ਉਹਨੇ ਗੱਲਾਂ ਕਰਨੀਆਂ, ਤਾਂ ਉਹਨੇ ਫਿਰ ਦੱਸਣਾ ਕਿ ਯੂ ਨੋ ਆਈ ਥਿੰਕ ਯੂ ਆਲਸੋ ਡੋਂਟ ਹੈਵ ਐਕਚੁਲੀ ਦਿਸ ਕਾਇੰਡ ਆਫ ਹੈਬਿਟ। ਮੈਂ ਕਿਹਾ ਦਿਸ ਇਜ਼ ਦਾ ਐਕਚੁਲੀ ਲਾਸਟ ਥਿੰਗ ਵਿਚ ਆਈ ਮਾਈਟ ਡੂ ਇਨ ਮਾਈ ਪਿਛਲੀ ਐਨੀ ਟਾਈਮ ਆਫ ਮਾਈ ਲਾਈਫ, ਆਈ ਡੋਂਟ ਵਾਂਟ ਟੂ ਇਵਨ ਆਈ ਥਿੰਕ ਅਬਾਊਟ ਇਟ, ਵਟ ਡੂ ਯੂ ਥਿੰਕ। ਉਹ ਇਹੋ ਜਿਹੀਆਂ ਗੱਲਾਂ ਹੋਈਆਂ। ਫਿਰ ਉਹ ਕਹਿੰਦੀ ਕਹਿੰਦੀ ਅਸਲ 'ਚ ਤਾਂ ਮੈਂ ਬੈਠੀ ਅਤੇ ਅੰਦਰ ਹਾਂ ਪਰ ਮਨ ਮੇਰਾ ਬਾਹਰ ਹੀ ਹੈ, ਪਤਾ ਨਹੀਂ ਮੈਂ ਕਿੱਦਣ ਪਹੁੰਚ ਜਾਣਾ ਉੱਥੇ। ਉਹ ਦੱਸ ਰਹੀ ਹੈ, ਉਹ ਕਹਿੰਦੀ ਕਿ ਸਾਰੇ ਜਾ ਰਹੇ ਆ ਨਾ ਇਸ ਰੂਪ ਦੇ 'ਚ। ਉਹ ਦੋ ਚਾਰ ਗੱਲਾਂ ਬਾਤਾਂ ਹੋਈਆਂ ਇਸ ਰੂਪ ਦੇ ਵਿੱਚ, ਉਸ ਤੋਂ ਬਾਅਦ ਕੁਝ ਹੋਰ। ਅਤੇ ਉਹ ਕਰਦਿਆਂ ਕਰਦਿਆਂ ਕਿਹੋ ਜਿਹਾ ਮਾਹੌਲ ਬਣਿਆ ਕਿ ਸ਼ੀ ਗੋਟ ਟੋਟਲੀ ਐਕਚੁਲੀ ਫਿਰ ਡਿਫਰੈਂਟ ਕਾਇੰਡ ਆਫ ਮਾਇੰਡ ਸੈੱਟ। ਜਦੋਂ ਮੇਰੇ ਖਿਆਲ ਦੇ ਵਿੱਚ ਕੋਈ 7-8 ਮਹੀਨੇ ਲਗਾਤਾਰ ਸਾਡਾ ਕੋਰਸ ਚੱਲਿਆ, ਅਤੇ ਲਾਸਟ ਜਿਹੜਾ ਇਸ ਵੀਕਸ ਦੇ ਵਿੱਚ ਮੈਂ ਉਹਨੂੰ ਪੁੱਛਿਆ, ਉਹ ਕਹਿੰਦੀ ਆਮ ਵੈਰੀ ਥੈਂਕਫੁਲ ਟੂ ਯੂ, ਯੂ ਨੋ ਬਿਫੋਰ ਆਈ ਵਾਜ਼ ਸੋ ਸਕੇਡ, ਆਈ ਵਾਜ਼ ਥਿੰਕਿੰਗ ਲੇਟਰ ਔਰ ਸੂਨਰ ਆਈ ਗੋਨਾ ਟ੍ਰੈਪ ਇਨ ਦਾ ਸੇਮ ਹੈਬਿਟ।
But now I have totally different understanding. I can actually convince other people, don't do it. Because I have total actually, jada hai ga, eh level ya, ap hai daan. Guru sahab ne gyan isse karke ditta si ga, samaj isse karke ditti si. Jadon bande kol education aa jae, samaj aa jae, main phir binti karanga. Bachyan nu main kahinna, bada simple level te. Tuhanu koi vi aadat ya na, do hi cheezan chala rahiyan ne sade sare kalbhoot nu. Ik te gale de sade te gland ne kuch, eh, dusre kuch brain de chemical ne, nothing else. ਥੋੜ੍ਹੇ ਜਿਹੇ ਕੈਮੀਕਲ ਨੇ ਬ੍ਰੇਨ ਦੇ ਅਤੇ ਥੋੜ੍ਹੇ ਜਿਹੇ ਗਲੈਨ ਨੇ ਇੱਥੇ ਇਹਨਾਂ ਦੇ ਸਦਕਾ ਸਾਡੇ ਕੁਝ ਹਾਰਮੋਨਸ ਸਾਡੇ ਉੱਤੇ ਜ਼ੋਰ ਪਾਉਂਦੇ ਨੇ ਅਸੀਂ ਕੋਈ ਐਕਟ ਕਰਦੇ ਹਾਂ ਸਰਟਨ ਵੇ ਦੇ ਨਾਲ ਤੂੰ ਸੋਚਦਾ ਕਿ ਤੂੰ ਇੰਨਾ ਵੀਕ ਆ ਕਿ ਤੇਰੇ ਇਹ ਜਿਹੜੇ ਕੈਮੀਕਲਸ ਦੋ ਚਾਰ ਰਿਲੀਜ਼ ਹੁੰਦੇ ਨੇ ਇਹਨਾਂ ਦੇ ਸਦਕਾ ਤੂੰ ਆਪਣੀ ਸੋਸ਼ਲ ਸਟੇਟਸ ਖਰਾਬ ਕਰੇਗਾ ਫਾਈਨੈਂਸ਼ੀਅਲ ਸਿਚੁਏਸ਼ਨ ਖਰਾਬ ਕਰੇਗਾ ਆਪਣੀ ਸਪਿਰਿਚੁਅਲ ਜਿਹੜੀ ਹੈਗੀ ਹੈ ਸਾਰੇ ਦੀ ਸਾਰੀ ਉਹ ਜਿਹੜੀ ਤੇਰੀ ਕੈਲੀਬਰ ਆ ਉਹਨੂੰ ਬਰਬਾਦ ਕਰੇਗਾ ਡੂ ਯੂ ਥਿੰਕ ਵੀ ਇਹ ਸਾਰਾ ਕੁਝ ਇਹ ਠੀਕ ਆ ਸਿਰਫ ਇੰਨੇ ਕੁ ਕੈਮੀਕਲ ਨੂੰ ਜਿਹੜਾ ਹੈਗਾ ਸਰੀਰ ਵਿੱਚ ਰਿਲੀਜ਼ ਕਰਨ ਵਾਸਤੇ ਬੰਦੇ ਨੂੰ ਅਹਿਸਾਸ ਹੁੰਦਾ ਗੱਲ ਤਾਂ ਠੀਕ ਆ ਇਹ ਅਪਹਿਦਾਨ ਇੱਕ ਲੈਵਲ 'ਤੇ ਬੰਦਾ ਨਿਡਰ ਹੋ ਜਾਂਦਾ ਬੰਦਾ ਕਹਿੰਦਾ ਹੂ ਕੇਅਰ ਜੋ ਮਰਜ਼ੀ ਹੋ ਜਾਵੇ ਆ ਰਾਹ 'ਤੇ ਨਹੀਂ ਜਾਣਾ ਸਾਹਿਬ ਕਹਿੰਦੇ ਅਪਹਿਦਾਨ ਪਾਵੋਂ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਪਰ ਹੋਏਗਾ ਉਦੋਂ ਜਦੋਂ ਮਿਲ ਸੰਗਤ ਇਹੋ ਜਿਹੇ ਆਲੇ ਦੁਆਲੇ 'ਚ ਕਿਤੇ ਆ ਜਾਵਾਂਗੇ ਇਹੋ ਜਿਹੀ ਬੈਠਕ ਬੈਠਾਂਗੇ ਇਹੋ ਜਿਹੀ ਸੋਹਬਤ ਮਾਣਾਂਗੇ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਰੱਬ ਕਿਸੇ ਨੇ ਨਹੀਂ ਵੇਖਿਆ ਸਭ ਕਹਿੰਦੇ ਮੇਰੀ ਰਸਨਾ ਵੀ ਗਾਉਂਦੀ ਹੈ ਅਤੇ ਗਾਉਂਦੀ ਪਤਾ ਕਿਹਨੂੰ ਹੈ ਅਗਹਿ ਅਗਹਿ ਜਿਹੜਾ ਅਗਾਮਿਆ ਜਿਹੜਾ ਪਤਾ ਹੀ ਨਹੀਂ ਮੇਰੀ ਪਹੁੰਚ ਤੋਂ ਪਰੇ ਪਰ ਗਾਉਂਦੀ ਹੈ ਉਹਦਾ ਅਹਿਸਾਸ ਕਰਦੀ ਹੈ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਅਤੇ ਮੇਰੇ ਨੈਣਾਂ ਦੇ ਵਿੱਚ ਰੰਗ ਪਿਆਰ ਦੀ ਇੱਕ ਅਜੀਬ ਤੜਪ ਆ ਉਹਦੇ ਦੀਦਾਰ ਨੂੰ ਮਾਨਣ ਦੀ ਮੁਰਾਦ ਕੀ ਹੈ ਇਹਦੇ ਤੋਂ ਮੁਰਾਦ ਇਹ ਹੈ ਹੇ ਮਾਲਕ ਸਭ ਵਿੱਚ ਤੂੰ ਬੈਠਾ ਹੈ ਮੇਰੇ ਵਿੱਚ ਵੀ ਤੂੰ ਬੈਠਾ ਹੈ ਮੈਂ ਤੇਰੇ ਅਸਲ ਉਸ ਜੋਤ ਰੂਪ ਪ੍ਰਕਾਸ਼ ਰੂਪ ਨੂੰ ਦੇਖਾਂ ਮੈਂ ਜੀਵਨ ਦੀ ਮਾਇਆ ਵੀ ਪਕੜ ਵਿੱਚ ਨਾ ਆ ਜਾਵਾਂ ਉਹਦੇ ਤੋਂ ਬਚਾਈ ਮੈਨੂੰ ਅਗਲਾ ਬਚਨ ਲਿਖਿਆ ਹੋ ਕਿਰਪਾਲ ਦੀਨ ਦੁੱਖ ਭੰਜਨ ਮੋਹੇ ਚਰਨ ਹਿਰਦੈ ਵਸਾਏ ਮੋਹੇ ਚਰਨ ਹਿਰਦੈ ਵਸਾਏ ਮੇਰੇ ਹਿਰਦੇ ਦੇ ਵਿੱਚ ਤੇਰੇ ਚਰਨ ਵਸ ਜਾਣ ਹੁਣ ਇੱਥੇ ਜਦੋਂ ਆਵਾਂਗੇ ਫਿਰ ਬਾਣੀ ਬਿਲਕੁਲ ਲਿਟਰਲੀ ਕਲੀਅਰ ਹੋ ਜਾਂਦੀ ਹੈ ਬਾਣੀ ਕਹਿੰਦੀ ਹੈ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਮੇਰੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਸ਼ਬਦ ਵਸੇ ਆ ਕੇ ਇਹੀ ਚਰਨ ਨੇ ਮੇਰੇ ਵਾਸਤੇ ਰੱਬ ਜੀ ਦੇ ਇੱਥੇ ਉਹਦੀ ਬਾਤ ਆ ਰਹੀ ਹੈ ਸਭ ਹੂੰ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ ਦ੍ਰਿਸ਼ਟ ਆਏ ਸਿੱਖੀ ਦਾ ਆਦਰਸ਼ਕ ਰੰਗ ਦੇਖੋ ਜਿਹੜਾ ਮਸਾਲੀ ਰੰਗ ਹੈ ਸਿੱਖੀ ਦਾ ਸਭ ਹੂੰ ਤਲੈ ਤਲੈ ਸਭ ਉੱਪਰ ਬਾਣੀ ਕਹਿੰਦੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬੰਦੇ ਦੀ ਹਾਲਤ ਕੀ ਹੈ ਬੰਦਾ ਕਹਿੰਦਾ ਮੈਂ ਹੀ ਚੰਗਾ ਬਾਕੀ ਸਾਰੇ ਭੈੜੇ ਨੇ ਇੱਥੇ ਗੜਬੜ ਹੈ ਸਾਰੀ ਮਤਲਬ ਬਿਲਕੁਲ ਮਿਸਮੈਚ ਹੋ ਗਈ ਨਾ ਪਿਕਚਰ ਸਾਹਿਬ ਕਹਿੰਦੇ ਸਭ ਹੂੰ ਤਲੈ ਸਭ ਤੋਂ ਨੀਵਾਂ ਹੋ ਕੇ ਰਵਾਂ ਤਲੈ ਸਭ ਉੱਪਰ ਜਿੰਨੇ ਨੀਵੇਂ ਨੇ ਉਹ ਸਾਰੇ ਮੇਰੇ ਤੋਂ ਉੱਚੇ ਨੇ ਮੇਰੇ ਤੋਂ ਵੱਡੇ ਅਤੇ ਬਾਣੀ 'ਚ ਵਾਰ ਵਾਰ ਇਹ ਚੀਜ਼ਾਂ ਪੜ੍ਹੋਗੇ ਤੁਸੀਂ ਭਗਤ ਕਬੀਰ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਹਿੰਦੇ ਆਪਾਂ ਤਾਂ ਦੋਸਤ ਵੀ ਉਹਨੂੰ ਬਣਾਉਂਦੇ ਜਿਹੜਾ ਇਹੋ ਜਿਹੀ ਸੋਚ ਦਾ ਧਾਰਨੀ ਹੈ ਜਿਹੜਾ ਕਹਿੰਦਾ ਨਾ ਵੀ ਮੈਂ ਬਲਾਂ ਵਾਂ ਮੈਂ ਕੋਈ ਤੋਪ ਆ ਭਗਤ ਜੀ ਕਹਿੰਦੇ ਸਾਡੀ ਕੋਈ ਸਾਂਝ ਨਹੀਂ ਉਹਦੇ ਨਾਲ ਜ਼ਿਕਰ ਆਇਆ ਸਭ ਹੂੰ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟ ਆਏ ਅਭਿਮਾਨ ਖੋਏ 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 ਖੋਈ ਹੋ ਜੇ ਹੰਕਾਰ ਨੂੰ ਲਗਾਤਾਰ ਝਾੜੂ ਮਾਰਾਂਗੇ 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 ਹੋ ਸਕਦਾ ਅੰਦਰ ਹਉਮੈ ਦੀ ਮੈਲ ਕੋ ਘੱਟ ਜੇ ਨਹੀਂ ਤੇ ਜਿਹੜੀ ਮੈਲ ਜਨਮਾਂ ਜਨਮਾਂਤਰਾਂ ਦੀ ਚੜ੍ਹੀ ਹੈ ਇਹਨੂੰ ਸਾਹਿਬ ਨੇ ਕਿਹਾ ਹਉਮੈ ਦੀਰਘ ਰੋਗ ਹੈ ਕੋਈ ਛੋਟੀ ਬਿਮਾਰੀ ਥੋੜ੍ਹਾ ਹੈਗੀ ਪਤਾ ਨਹੀਂ ਜਨਮਾਂ ਜਨਮਾਂਤਰਾਂ ਤੋਂ ਹੋਮ ਵਿੱਚ ਆਇਆ ਹੋਮ ਵਿੱਚ ਗਿਆ
ਉਹਦੇ ਵਿੱਚ ਹੀ ਆਇਆ ਸੀਗਾ, ਉਹਦੇ ਵਿੱਚ ਹੀ ਤੁਰ ਗਿਆ, ਉਹ ਮੁੱਕੀ ਨਹੀਂ ਬਿਮਾਰੀ, ਉਹ ਨਾਲ ਹੀ ਆਈ ਨਾਲ ਹੀ ਤੁਰ ਗਈ ਇਸ ਰੂਪ ਦੇ 'ਚ। ਇੱਥੇ ਸਾਹਿਬ ਕਹਿੰਦੇ ਹੁਣ ਕੀ ਹੋਇਆ, ਅਭਿਮਾਨ ਖੋਏ 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 ਖੋਈ ਹਾਂ ਮੋਕੋ ਸਤਿਗੁਰ ਮੰਤਰ ਦ੍ਰਿੜਾਏ। ਮੇਰੇ ਗੁਰੂ ਨੇ ਮੰਤਰ ਪੱਕਾ ਦ੍ਰਿੜ ਕਰਾ ਤਾ ਵੀ ਜੋ ਮਰਜ਼ੀ ਹੋ ਜਾਏ ਹੰਕਾਰ ਦੀ ਪੌੜੀ ਨਹੀਂ ਚੜ੍ਹਨਾ। ਗੁਰੂ ਨੇ ਰਾਹ ਹੀ ਦੱਸਤਾ, ਸਾਡਾ ਰਾਹ ਹੁਕਮ ਦਾ। ਜਪਜੀ ਸਾਹਿਬ ਪੜ੍ਹੋ, ਸਰਲ ਹੈ ਬਿਲਕੁਲ ਬਾਣੀ। ਬਾਣੀ ਕਹਿੰਦੀ ਹੈ ਹੁਕਮ ਸਮਝਣਾ। ਹਾਂ ਮਹਾਰਾਜ ਸਮਝਣਾ, ਹੁਕਮ ਕੀ ਹੈ, ਮੈਨੂੰ ਕੀ ਪਤਾ ਹੁਕਮ ਕੀ ਹੈ ਰੱਬ ਜੀ ਦਾ ਮੇਰੇ ਵਾਸਤੇ। ਸਭ ਕਹਿੰਦੇ ਇੱਥੋਂ ਸਮਝ ਲੱਗਣੀ ਸ਼ੁਰੂ ਹੋ ਜਾਏਗੀ ਤੈਨੂੰ, ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹੇ ਨਾ ਕੋਏ। ਕੋਈ ਬੰਦਾ ਇਹ ਕਹਿੰਦਾ ਨਾ ਦੂਰੋਂ ਵੀ ਆਵਾਜ਼ ਮਾਰ ਕੇ ਵੀ ਹੰਕਾਰੀ ਹੈ, ਅਜੇ ਗੁਰੂ ਦੇ ਹੁਕਮ ਤੋਂ ਦੂਰ ਹੈ ਭਾਈ। ਨਿਮਰਤਾ ਹਲੀਮੀ ਇਹ ਪੱਕੇ ਤੌਰ 'ਤੇ ਪੀਡੇ ਤੌਰ 'ਤੇ ਫੜ ਲੈਣੀ ਹੈ, ਉਹਦੀ ਬਾਤ ਕੀਤੀ ਇਹਦੇ ਵਿੱਚ। ਅਤੁੱਲ 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 ਨਹਿ ਤੁਲੀ ਹੈ ਭਗਤ ਵਛਲ ਕਿਰਪਾ ਹੈ। ਬਾਕੀ ਅਸੀਂ ਅਵੈਲੂਏਟ ਕੀ ਕਰਾਂਗੇ ਰੱਬ ਜੀ ਨੂੰ ਅਤੇ ਰੱਬ ਜੀ ਦੇ ਨਾਮ ਨੂੰ? ਵੀ ਡੋਂਟ ਹੈਵ ਐਨੀ ਮੈਜਰਮੈਂਟ ਸਕੇ ਐਕਚੁਲੀ ਸਕੇਲ ਟੂ ਮਈਅਰ ਅਕਾਲ ਪੁਰਖ ਵਾਹਿਗੁਰੂਜ਼ ਐਬਿਲਿਟੀ, ਅਕਾਲ ਪੁਰਖ ਵਾਹਿਗੁਰੂਜ਼ ਪ੍ਰੀਸ਼ੀਅਸ ਬਲੈਸਿੰਗਸ, ਨੋ ਵੀ ਡੋਂਟ ਹੈਵ। ਸਾਹਿਬ ਕਹਿੰਦੇ ਅਤੁੱਲ 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 ਨਹਿ ਤੁਲੀ ਹੈ ਭਗਤ ਵਛਲ ਕਿਰਪਾ ਹੈ, ਜੋ ਜੋ ਸ਼ਰਨ ਪਰਿਓ ਗੁਰੂ ਨਾਨਕ ਅਪੈ ਦਾਨ ਸੁਖ ਪਾਏ। ਜਿਹੜੇ ਜਿਹੜੇ ਉਹਦੀ ਸ਼ਰਨ ਉਹਦਾ ਓਟ ਆਸਰਾ ਲੈ ਕੇ ਆਤਮਕ ਤੌਰ 'ਤੇ ਉਹੋ ਜਿਹੇ ਬਚਨਾਂ ਬੋਲਾਂ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਨੇ, ਸਭ ਕਹਿੰਦੇ ਅਪੈ ਪਦ ਵਿੱਚ ਚਲੇ ਜਾਂਦੇ ਨੇ। ਨਹੀਂ ਤਾਂ ਜਿਹੜੇ ਗੀਤ ਨਾਦ ਆਦਿ ਅਸੀਂ ਬਹੁਤੇ ਸੁਣਨ ਵਾਸਤੇ ਤਰਜੀਹ ਦਿੰਦੇ ਹਾਂ ਕੰਨਰਸ ਵਾਸਤੇ, ਉਹ ਬਰਬਾਦੀ ਤੋਂ ਬਿਨਾਂ ਸਾਨੂੰ ਕਿਤੇ ਨਹੀਂ ਲੈ ਕੇ ਜਾਂਦੇ। ਸਾਹਿਬ ਨੇ ਜਿਹੜਾ ਸਾਡਾ ਸੋਰਸ ਆਫ ਲਿਸਨਿੰਗ ਆ ਉਹਨੂੰ ਚੇਂਜ ਕਰਨ ਦੀ ਬਾਤ ਕੀਤੀ ਹੈ ਸਾਰੇ ਸ਼ਬਦ ਦੇ ਵਿੱਚ। ਜੇ ਅਸੀਂ ਉਹਨੂੰ ਚੇਂਜ ਕਰ ਦਿਆਂਗੇ ਡੈਫੀਨੇਟਲੀ ਸਾਡੇ ਜੀਵਨ ਦਾ ਵੱਡਾ ਪ੍ਰਸੰਗ ਉਹਦੀ ਤਬਦੀਲੀ ਹੋ ਸਕਦੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭਾਈ ਸਭ ਸਮਾਪਤੀ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।